ਸਿਰ ਤੇ ਵੇਲੇ ਵਾਲੇ ਰੱਖੇ ਨੇ ਇਸ ਘਰ ਵਿੱਚ ਇਹਨਾਂ ਨੇ ਤੇਰੇ ਨਾਂ ਨਾਂ ਨੇ ਕਿਤੇ ਮੈਂ ਤੁਹਾਨੂੰ ਦੱਸਿਆ ਮੈਂ ਚੋਰੀ ਨਹੀਂ ਕੀਤੀ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਜਨਾਬ
ਮੈਂ ਜਨਾਬ ਮਿਹਨਤ ਮਜ਼ਦੂਰੀ ਕਰਕੇ ਆਪਣੀ ਹਮੇਸ਼ਾ ਢਿੱਡੀ ਭਰੀ ਹੈ, ਚੋਰੀ ਨਹੀਂ ਕੀਤੀ ਅੱਜ ਤੱਕ। ਖਬਰਦਾਰ, ਇਸ ਪੋਟੇ ਨੂੰ ਢਿੱਡੀ ਕਿਹਾ। ਤੇਰੇ ਕੋਲ ਕੀ ਸਬੂਤ ਹੈ ਕਿ ਇਹਨੇ ਤੇਰੀਆਂ ਵਾਲੀਆਂ ਲਾ ਲਈਆਂ ਨੇ? ਮੈਂ ਤਾਂ ਦੱਸਨੀ ਆ ਚੌਧਰੀ ਸਾਹਿਬ, ਮੈਂ ਇੱਥੇ ਸਫਾਈ ਕਰ ਰਹੀ ਸਾਂ, ਇਹ ਬਦਤਮੀਜ਼ ਆਇਆ ਤੇ ਮੈਨੂੰ ਮਜ਼ਾਕ ਕਰਨ ਲੱਗ ਗਿਆ। ਇਹਦੀ ਮੇਰੀ ਹੋ ਗਈ ਹਾਥਾ ਭਾਈ, ਉਸੇ ਹਾਥਾ ਭਾਈ ਜਿਹਨੇ ਮੇਰੇ ਕੰਚ ਵਾਲੀਆਂ ਲਾ ਲਈਆਂ ਸਨ। ਹਾਥਾ ਭਾਈ, ਤੈਨੂੰ ਇਹਨੇ ਵੀ ਹੋਸ਼ ਨਹੀਂ ਰਹਿੰਦੀ ਕਿ ਕੋਈ ਤੇਰੀਆਂ ਵਾਲੀਆਂ ਲਾਉਣ ਡਿਆ? ਤੂੰ ਹਾਥਾ ਭਾਈ, ਤੇ ਇਹਨੀ ਬੇਹੋਸ਼ ਹੁੰਦੀ ਹੈ? ਇਹਦੀਆਂ ਵਾਲੀਆਂ ਵਾਪਸ ਕਰ ਓਏ। ਮੈਂ ਨਹੀਂ ਲਾਈਆਂ ਵਾਲੀਆਂ ਜਨਾਬ, ਡਾਂਗ ਲਈ ਫਿਰਦੇ ਹੋ, ਕੋਈ ਕੰਮ ਲਿਆ ਕਰੋ। ਇਹਨੂੰ ਇੰਜ ਕਰਕੇ ਮਾਲ ਰੋਡ ਤੇ ਮੰਗਿਆ ਕਰੋ। ਅੱਲਾ ਦੇ ਦੋ ਚਾਰ ਬੱਸਾਂ ਮੰਗੋ, ਤੁਹਾਡਾ 250 ਰੁਪਈਆ ਸਿੱਧਾ। ਓਏ, ਕਈ ਵਾਰੀ ਟਰਾਈ ਕੀਤੀ ਹੈ। ਅੱਛਾ, 10-12 ਰੁਪਈਏ ਤੋਂ ਜ਼ਿਆਦਾ ਨਹੀਂ ਹੋਏ। ਚੌਧਰੀ ਸਾਹਿਬ, ਮੈਂ ਝੂਠ ਨਹੀਂ ਬੋਲ ਰਹੀ, ਮੈਂ ਜਦੋਂ ਸੁਬਹ ਉੱਠੀ ਹੈ ਨਾ, ਹਾਂ ਮੈਨੂੰ ਯਾਦ ਆਇਆ, ਬਹੁ ਸ਼ੌਕਰ ਦੇ ਕਮਰੇ ਸਫਾਈ ਕਰਨ ਗਈ ਸਾਂ, ਹੋ ਸਕਦਾ ਤੇ ਭੁੱਲ ਆਈ ਹੋਵਾਂ। ਜਨਾਬ ਮੰਨਿਆ, ਚੋਰੀ ਸ਼ੌਕਾ ਤੁਹਾਡਾ ਮਤਰੇਆ ਪੁੱਤਰ ਏ, ਲੇਕਿਨ ਖਰਚਾ ਬੰਦ ਕਰਨਾ ਕੋਈ ਚੰਗੀ ਗੱਲ ਤੇ ਨਹੀਂ ਨਾ? ਹੁਣ ਵਾਲੀਆਂ ਅਗਲਾ ਵੇਚ ਕੇ ਖਾ ਗਿਆ ਹੋਣਾ। ਉੱਤੇ ਕਈ ਬਾਹਰ ਆਈ ਤੇ ਲੁੱਟੀ ਵੀ ਗਈ, ਐਡੀ ਹੈ ਤੇ ਚੋਰਾਂ ਨਾਲੋਂ ਵੀ ਕਾਲੀ ਹੈ। ਚੌਧਰੀ ਸਾਹਿਬ, ਮੈਂ ਬਹੁਤ ਸ਼ੌਕਾਂ ਨੂੰ ਪੁੱਛੇ ਮੇਰੀਆਂ ਵਾਲੀਆਂ ਕਿੱਥੇ ਨੇ, ਕਹਿੰਦੇ ਮੇਰੇ ਕੋਲ ਨਹੀਂ ਹੈ। ਚੱਲ ਬਾਜਾ, ਨਾਲੇ ਵੱਡੇ ਚੌਧਰੀ ਨਾ ਦੱਸੀ। ਬਾਰਾ ਚੌਧਰੀ ਸ਼ੌਕਿਆ, ਅੱਪਾਰਾ ਚੌਧਰੀ ਸ਼ੌਕਿਆ, ਉਹ ਮੈਂ ਜਦੋਂ ਕਦੋਂ ਮੈਂ ਬਣਿਆ ਚੌਧਰੀ ਸ਼ੌਕਾ, ਕੱਪੜੇ ਸ਼ਹਿਰਾਂ ਦੇ ਪਾਏ, ਇਹਦੀਆਂ ਵਾਲੀਆਂ ਕਿਉਂ ਲਾਈਆਂ ਨੇ ਤੂੰ? ਇਹਦੀਆਂ ਵਾਲੀਆਂ ਮੇ ਹਾਂ ਇਜਾਜ਼ਤ ਹੈ। ਚੌਧਰੀ ਸ਼ੌਕਿਆ, ਬਾਹਰ ਆ ਜਾ। ਦਾ ਸਿਆਪਾ ਪੈ ਗਿਆ ਯਾਰ, ਕੀ ਬਣ ਗਈ ਇਹਨੇ ਹੱਥੋਂ ਯਾਰ? ਲੁਕਰਾਣੇ ਦੀਆਂ ਵਾਲੀਆਂ ਵਾਪਸ ਕਰ ਦੇ। ਮੇਰੇ ਦੀਆਂ ਵਾਲੀਆਂ ਲਾਉਣੀਆਂ ਸੀ ਮੈਂ? ਹਾਂ ਨਾ ਰੋ ਯਾਰ, ਤੇ ਮੇਰਾ ਦਿਲ ਰੋਂਦਾ ਪਿਆ, ਮੈਂ ਨਹੀਂ ਰੋਂਦਾ ਮੇਰੇ ਦਿਲ। ਤੂੰ ਰੋਈ ਵੀ ਨਾ, ਤੇਰਾ ਮੂੰਹ ਵੱਡਾ ਵਿਹੜੇ 'ਚ ਚਿੱਕੜ ਹੋ ਜਾਣਾ। ਮੈਂ ਤੇ ਬਾਲਟੀ ਭਰ ਕੇ ਤੁਹਾਡੀ ਧੋਤੀ ਨੂੰ ਨੀਲ ਵੀ ਉੱਥੋਂ ਹੀ ਦਿੱਤਾ ਸੀ। ਮੈਂ ਇਹਦੀਆਂ ਵਾਲੀਆਂ ਲਾਣੀਆਂ ਸਨ। ਤੁਹਾਨੂੰ ਕੀ ਆ? ਮੇਰਾ 10,000 ਰੁਪਇਆ ਮਹੀਨਾ ਤੁਸੀਂ ਬੰਦ ਕਰਤਾ, ਮੈਂ ਖੱਜਲ ਹੋਣ ਡਿਆ, ਉਸ ਦੇ ਬਾਵਜੂਦ ਮੈਂ ਇਹਦੀਆਂ ਵਾਲੀਆਂ ਨਹੀਂ ਲਾਈਆਂ। ਵਾਲੀਆਂ ਆਪ ਨਾਲ ਲੱਥ ਕੇ ਮੇਰੀ ਜੇਬ ਚਾਵੜੀਆਂ ਹੋਣੇ, ਇਹ ਨਹੀਂ ਮੈਂ ਕਹਿ ਸਕਦਾ। ਬਕਵਾਸ ਕਰਦਾ, ਮੈਂ ਇਹਨੂੰ ਟਰੈਕਟਰ ਲੈ ਕੇ ਦਿੱਤਾ। ਕਿਹੜਾ ਟਰੈਕਟਰ ਲੈ ਕੇ ਦਿੱਤਾ ਜੀ ਮੈਨੂੰ? ਚਿੰਚੀ ਰਕਸ਼ੇ ਪਿੱਛੇ ਛੁਰਾ ਲਵਾ ਦਿੱਤਾ ਜੀ, ਉਹ ਖੇਤਾਂ ਹੀ ਤੇ ਕਿਧਰੇ ਰਹਿ ਗਿਆ, ਸਿੱਧੀ ਸੜਕ ਤੇ ਨਹੀਂ ਦੌੜਦਾ ਉਹ। ਮੈਂ ਇਹਨੂੰ ਕਿੰਨੂਆਂ ਦਾ ਬਾਗ ਲੈ ਕੇ ਦਿੱਤਾ। ਕਿਹੜਾ ਕਿੰਨੂਆਂ ਦਾ ਬਾਗ? 5 ਦਰਜਨ ਕਿੰਨੂ ਲੈ ਕੇ ਤਰੇਕ ਤੇ ਟੰਗ ਕੇ ਕਹਿੰਦੇ ਨੇ ਤੇਰਾ ਬਾਗ ਹੈ ਮੌਜਾਂ ਲੋੜ। ਉਹ ਹਫਤੇ ਬਾਅਦ ਕਿੰਨੂ ਵੀ ਖੱਟੇ ਹੋ ਗਏ ਨੇ ਤਰੇਕ ਨਾਲ ਲੱਗ ਕੇ। ਉਹ ਤੈਨੂੰ ਮੈਂ ਫਲਾਈਂਗ ਕੋਚਾ ਪਾ ਕੇ ਦਿੱਤੀਆਂ। ਕਿਹੜੀਆਂ ਫਲਾਈਂਗ ਕੋਚਾ? ਟਾਂਗੇ ਵਾਲੀ ਇੱਕ ਗੱਡੀ ਲੈ ਕੇ ਦਿੱਤੀ ਸਨ। ਕੀ ਪੁੱਤਾਂ ਦਾ ਵਾਸਤਾ ਤੇ ਮੈਂ ਉਹਦੀਆਂ ਵਾਲੀਆਂ ਕੱਢ ਲਈ ਲਾੜੀ ਨੂੰ? ਮੇਰਾ 10,000 ਰੁਪਇਆ ਮਹੀਨਾ ਵਾਰ ਕਰ ਦਿਓ। ਆਇਆ ਤੇ ਚੌਧਰੀ ਕੁਮਾ ਆ ਰਿਹਾ, ਉਹਨੇ ਕੱਚ ਰੱਟਾ ਪਾ ਲਿਆ। ਚੌਧਰੀ ਕੁਮਾ ਦੇ ਸਾਹਮਣੇ ਰੱਟਾ ਪਏਗਾ ਹੁਣ, ਮੇਰਾ 10,000 ਰੁਪਇਆ ਮਹੀਨਾ ਵਾਰ ਕਰੋ। ਚੌਧਰੀ ਕੁਮਾ ਦਾ ਰਿਸ਼ਤਾ ਵੇ ਖੜਾ ਰਿਹਾ, ਬਸ ਫਿਰ ਉਹਦੇ ਸਾਹਮਣੇ ਰੱਟਾ ਪਾਉਂਦਾਗਾ। ਉਹ ਪਿੰਡਾਂ ਦਾ ਮਾਲਿਕ, ਜ਼ਮੀਨਾਂ ਦਾ ਮਾਲਿਕ, ਜਾਨਵਰਾਂ ਦਾ ਮਾਲਿਕ ਤੁਰ ਹੀ ਆਉਂਦਿਆ। ਕਰ ਲਈ ਉਹਦੇ ਨਾਲ ਵੀ ਗੱਲ ਹੈ, 10,000 ਰੁਪਇਆ ਮਹੀਨਾ ਦੇ ਨਾਲ ਬਾਲ ਹੋਇਆ ਤੇ ਫਿਰ ਵੇਖ। ਖਬਰਦਾਰ, ਜਿਹਨੇ ਸਾਨੂੰ ਹਰਕਤ ਕੀਤੀ। ਚੱਲ ਚੌਧਰੀ ਸਾਹਿਬ, ਖੁਦਾ ਦਾ ਵਾਸਤਾ ਲੈ, ਇਸ ਘਰ 'ਚ ਖੁਦਕੁਸ਼ੀ ਕਰਾਂਗਾ, ਇਹਨੇ ਨਹੀਂ ਮੇਰੀ ਕੋਈ ਸੁਣੇਗਾ। ਸਹੀ ਗੱਲ ਹੈ ਬਾਊ, ਤੇਰੀ ਇੱਜ਼ਤ ਨਹੀਂ ਹੁੰਦੀ, ਤੂੰ ਖੁਦਕੁਸ਼ੀ ਕਰ ਲੈ। ਯਾਰ ਕਿਸ ਤਰ੍ਹਾਂ ਕਰਾਂ ਖੁਦਕੁਸ਼ੀ, ਮੈਨੂੰ ਸਮਝ ਨਹੀਂ ਆ ਰਹੀ। ਸੌਖਾ ਤਰੀਕਾ ਕੀ? ਪੱਲੇ ਔਰ ਰੋਟੀ ਖਾਣ ਲੱਗ ਪਏ। 8 ਦਿਨਾਂ ਤੋਂ ਸੁੱਕ ਕੇ ਮੇਰੇ ਵਰਗਾ 9ਵੇਂ ਦਿਨ ਖੁਦਕੁਸ਼ੀ। ਮੈਂ ਮਰਨਾ ਹੈ, ਮੈਂ ਖੱਜਲ ਨਹੀਂ ਹੋਣਾ ਤੇਰੇ ਵਰਗਾ ਹੋ ਕੇ। ਬਾਊ, ਇੱਕ ਤਰੀਕਾ ਹੋਰ ਕੀ? ਟ੍ਰੇਨ ਥੱਲੇ ਸਿਰ ਤੇਰੇ। ਵੈਰੀ ਗੁੱਡ, ਬਸ ਮੇਰੀ ਰੋਟੀ ਬਣ ਕੇ ਲਿਆ। ਉਹ ਜਦੋਂ ਮਰ ਜਾਣਾ ਤੇ ਰੋਟੀ ਕੀ ਕਰਨੀ? ਉੱਥੇ ਟ੍ਰੇਨ ਲੇਟ ਹੋ ਗਈ ਤੇ ਭੁੱਖਾ ਤੇਰਾ ਪਿਓ ਬੈਠਾ ਰਹੇਗਾ ਉੱਥੇ।
ਸਹੀ ਆ ਫਰਿਸ਼ਤਿਆਂ ਨੇ ਕਿਹੜਾ ਜਾਂਦੇ ਹੀ ਕਹਿਣਾ ਵੀ ਪਹਿਲੋਂ ਬੰਦ ਮੱਖਣ ਖਾ ਲਓ ਕੋਈ ਹੋਰ ਤਰੀਕਾ ਦੱਸ ਯਾਰ ਖੁਦਕੁਸ਼ੀ ਦਾ ਬਹੁ ਰਾਵੀ 'ਚ ਛਾਲ ਮਾਰ ਦੇ ਨਹੀਂ ਯਾਰ ਰਾਵੀ ਸੁੱਕੀ ਹੈ ਮੇਰੇ ਗੋਡਿਆਂ 'ਤੇ ਰਗੜਾਂ ਲੱਗ ਜਾਣਗੀਆਂ ਮੈਂ ਮਰਨਾ ਚਾਹੁੰਦਾ ਮੈਂ ਖਜਲ ਨਹੀਂ ਹੋਣਾ ਚਾਹੁੰਦਾ ਚੱਲ ਯਾਰ ਮਰੇਗਾ ਨਹੀਂ ਛਿੱਲਿਆ ਛੁੱਲਿਆ ਤਾਂ ਜਾਏਗਾ ਨਾ ਨਹੀਂ ਯਾਰ ਕੋਈ ਐਸਾ ਤਰੀਕਾ ਦੱਸ ਘਰ ਹੀ ਖੁਦਕੁਸ਼ੀ ਕਰ ਲਵਾਂ ਘਰ ਹੀ ਕਰਨੀ ਬਾਲਟੀ 'ਚ ਪਾਣੀ ਪਾ ਕੇ ਨਾ ਵਿੱਚ ਪਰ ਨਹੀਂ ਮੂੰਹ ਵੀ ਓਡਾ ਬਾਲਟੀ ਵੀ ਓਡੀ ਕਿਸ ਤਰ੍ਹਾਂ ਖੁਦਕੁਸ਼ੀ ਕਰਾਂ ਮੈਂ ਖੁਦਕੁਸ਼ੀ ਕਰਾਂ ਖੁਦਕੁਸ਼ੀ ਹਰਾਮ ਹੁੰਦੀ ਹੈ ਅੱਗੇ ਕਿਹੜਾ ਇਸ ਘਰ 'ਚ ਕੋਈ ਕੰਮ ਹਲਾਲ ਹੋਣ ਦੇ ਆ ਖੁਦਕੁਸ਼ੀ ਕਰਾਂਗਾ ਬਸ ਫੇ ਖੁਦਕੁਸ਼ੀ ਕਿਉਂ ਕਰਨਾ ਚਾਹੁੰਦਾ ਮੇਰਾ 10000 ਰੁਪਇਆ ਮਹੀਨਾ ਚੌਧਰੀ ਸਾਹਿਬ ਨੇ ਬੰਦ ਕਰਤਾ ਮੈਂ ਖਜਲ ਹੋਣ ਦੇ ਕੰਮ ਕਿਹੜਾ ਕਰੀਏ ਚੌਧਰੀ ਦੇ ਮੁੰਡੇ ਹੁਣ ਕੰਮ ਕਰ ਸਾਰਾ ਮੱਲਾ ਤੂੰ ਤੂੰ ਕਰੇਗਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਜੇ ਮੇਰਾ 10000 ਰੁਪਇਆ ਮਹੀਨਾ ਬਹਾਲ ਨਾ ਹੋਇਆ ਤੇ ਇਸ ਤਖਤ ਪੋਜ ਦੇ ਥੱਲੇ ਮੈਂ ਬੰਬ ਰੱਖ ਕੇ ਜਾਵਾਂਗਾ ਨਹੀਂ ਆਹ ਤੇਰੇ ਪਿਓ ਦੀ ਹਵੇਲੀ ਹੈ ਜ਼ਗੀਰਦਾਰ ਦੀ ਹਵੇਲੀ ਨਹੀਂ ਜਿੱਥੇ ਬੰਬ ਰੱਖਣ ਤੁਰਦੇ ਆ ਮੈਂ ਨਾ ਮੁਰਾਦਾ ਮੈਂ ਉਸੇ ਹਵੇਲੀ ਨੂੰ ਢਾਣ ਦੀ ਗੱਲ ਕਰੀ ਜਿਹੜੀ ਤੁਹਾਡੀਆਂ ਜ਼ਰੂਰਤਾਂ ਪੂਰੀ ਕਰਦੀ ਹੈ ਪਾਪੀ 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 ਚੂਲ ਸਾਖਤ ਬਹੁਤ ਨਹੀਂ ਸਮਝ ਸਕਦਾ ਬੀਬੀ ਜੀ ਇਹ ਸਮਝ ਵਾਲੀ ਹੱਦ ਤੋਂ ਬਹੁਤ ਅੱਗੇ ਜਾ ਨਿਕਲੇ ਆਈ ਵਿਆਹ ਤੋਂ ਬਾਅਦ ਠੀਕ ਹੋ ਜਾਏਗਾ ਮੇਰੇ ਵਾਲ ਦੇ ਮੋਹਤਰਮ ਅੱਬਾ ਹਜ਼ੂਰ ਜਾਨੀ ਕਿ ਪਿਤਾ ਜੀ ਖਰਾਬ ਹੀ ਵਿਆਹ ਤੋਂ ਬਾਅਦ ਹੋਏ ਸਨ ਵਿਆਹ ਤੋਂ ਬਾਅਦ ਬੰਦਾ ਖੁੱਲ ਡੁੱਲ ਕੇ ਕੇਬਲ ਵੇਖਦਾ ਹੋਰ ਖਰਾਬ ਹੋ ਜਾਂਦਾ ਜੀ ਹਾਂਜੀ ਬੀਬੀ ਜੀ ਇੱਕ ਤਰੀਕਾ ਮੇਰੇ ਕੋਲ ਹੈਗਾ ਮੈਂ ਤੁਹਾਨੂੰ ਤਵੀਜ਼ ਦਿੰਦਾ ਤੁਸੀਂ ਚਰਖੇ ਨਾਲ ਬੰਨ ਕੇ ਨਾ ਪੁੱਠਾ ਚਰਖਾ ਚਲਾਉਣਾ ਜੀ ਜਿਵੇਂ ਜਿਵੇਂ ਚਰਖਾ ਚੱਲੇਗਾ ਸ਼ਾਗਤ ਬਹੁਤ ਰਾਹ ਰਾਸਤੇ ਆ ਜਾਏਗਾ ਜਾ ਫੇ ਤਵਾ ਹੋ ਮੈਂ ਇਹਨਾਂ ਤੇ ਚਰਖਿਆਂ ਦਾ ਕੀ ਅਸਰ ਹੋਣਾ ਹੈ ਇਹ ਕੋਈ ਇਨਸਾਨ ਥੋੜੀ ਹੈ ਕਿ ਇਨਸਾਨ ਨਹੀਂ ਤੇ ਕੀ ਲੇਲੇ ਸਿੱਧੇ ਕਰਾਏ ਨੇ ਚੌਧਰੀ ਦਸ ਇਨਸਾਨ ਨਹੀਂ ਇਨਸਾਨ ਤੇ ਤੂੰ ਲੱਗਣੀ ਲੇਕਿਨ ਕਦੀ ਕਦੀ ਭੁਲੇਖਾ ਪੈਂਦਾ ਹੀ ਹੋਇਆ ਕੀ ਅੰਦਰ ਮੈਂ ਘਰ ਚਲੇ ਗਲਾਸ ਵਿੱਚ ਪਾਣੀ ਪੀਣ ਲੱਗੀ ਇੱਕ ਔਰਤ ਆਈ ਹੈ ਅੰਦਰ ਮੇਰੇ ਮੂੰਹ ਤੇ ਡਿਸਾਰ ਤੇ ਚੰਡ ਕੱਢ ਮਾਰੇ ਤੇ ਤੈਨੂੰ ਕਿਹਨੇ ਕਿਹਾ ਘਰ ਚਲੇ ਗਲਾਸ ਵਿੱਚ ਪਾਣੀ ਪੀ ਉਹ ਚੜੇਲਾ ਦਾ ਗਲਾਸ ਚੜੇਲਾ ਦਾ ਸਾਇਆ ਉਸ ਗਲਾਸ ਉਹ ਚੜੇਲਾ ਪਾਣੀ ਪੀਂਦੀਆਂ ਨੇ ਉਹਦੇ 'ਚ ਤੂੰ ਆਪਣੇ ਭਾਂਡੇ ਲੈਦਾ ਕਰ ਉੱਥੋਂ ਤੂੰ ਆਪਣੀ ਮਾਸੀ ਦੀਆਂ ਕੁੜੀਆਂ ਨੂੰ ਕਹਣਾ ਘਰ ਛੱਡ ਕੇ ਚਲੀਆਂ ਜਾ ਮਾਸੀ ਦੀਆਂ ਕੁੜੀਆਂ ਯਾਨੀ ਮੈਂ ਚੜੇਲ ਦੀ ਭੈਣ ਦਾ ਪੁੱਤਰ ਹੈ ਬਹੁਤੀਆਂ ਵੱਧ ਵੱਧ ਗੱਲਾਂ ਨਾ ਕਰਿਆ ਕਰ ਵੈਸੇ ਮੇਰੀ ਗੱਲ ਸੁਣ ਤੇਰਾ ਕੋਈ ਹੱਕ ਨਹੀਂ ਬਣਦਾ ਮੇਰੇ ਦਿਸਤੇ ਕਰਨ ਦਾ ਜ਼ਿੰਦਗੀ ਦਾ ਉਹ ਵਕਤ ਦੱਸ ਉਹ ਲੋਕੇਸ਼ਨ ਦੱਸ ਜਿੱਥੇ ਤੇਰੀ ਕਦੀ ਇੱਜ਼ਤ ਹੋਈ ਹੋਵੇ ਬਸ ਤੂੰ ਕਰਵਾ ਦਿਸਤੀ ਮੈਂ ਇਸ ਘਰ 'ਚ ਨਹੀਂ ਰਹਿਣਾ ਮੇਰੇ ਇਸ ਘਰ 'ਚ ਗੁਜ਼ਾਰੇ ਨਹੀਂ ਮੈਂ ਘਰ ਹੀ ਛੱਡ ਕੇ ਚਲਿਆ ਜਾਣਾ ਓਏ ਅਸੀਂ ਨੌਕਰਾਂ ਸਜ਼ਾ ਦਈਏ ਜਿੱਥੇ ਵੀ ਜਾਏਂਗੀ ਸਾਡੇ ਨਾਲ ਇਹ ਸਲੂਕ ਹੀ ਹੋਣਾ ਹੈ ਆ ਰਹੀ ਹੈ ਨਾ
कुछ खाया पिया करो, खाता नहीं जाता हवा भरा लिया करो। तुम्हें पता आज हम किधर गए थे? किधर? ये यादगार है पाकिस्तान, ये पूरी सीढ़ियां खुद चढ़ी थी। हाँ। तो सदका दही बीबी कल सीढ़ी के चढ़ गई है। बीबी एडी कमजोर है, ऐसा रोजा रख के खोले ही नहीं। तुम्हें क्या प्रॉब्लम है? नहीं सेहत बढ़ाओ, मैं दे कह लिया। काम नाल काम ही मैं करा। चुदरानी है तमीज घर है। चुदरानी एहो जी हुंदी सप इस्तरी कीता जी। माफी चाहता हूँ, क्या हो गया जी? ईजी ना लेना। अच्छा चलो। कुछ नहीं। तमीज घर है। ਕੀ ਮੈਂ ਕੀ ਕਹਿਣ ਦਿਆ? ਤਮੀਜ਼ ਚੁਦਰਾਨੀ ਹੈ, ਬਦਤਮੀਜ਼ਾ। ਬਦਤਮੀਜ਼ ਉਹ ਚ ਕਿਹੜਾ ਬਾਬੇ ਆਉਂਦੇ ਨੇ? ਬੜੀ ਬੁਰੀ ਹੋਈ ਇਹਨੇ, ਛਾਤੇ ਖਲੋਤੀ ਜੀ, ਕੱਟੀ ਪਤੰਗ ਆਈ ਇਹਨੇ, ਪਤੰਗ ਫੜੀ ਨਾਲ ਹੀ ਨਿਕਲ ਗਈ। ਉਹ ਇਛਰੇ ਉਹ ਤਾਰਾਂ ਨਾਲ ਲਾਗ ਲਿਆਂਦੀ ਸੀ, ਜਦੋਂ ਉਤਰੀ 10-12 ਪਤੰਗਾਂ ਸੀ ਉੱਡਦੀਆਂ, ਫੜੀ ਗਈ ਉਹ ਤੋਂ। ਤੇਰੀ ਆਜ ਛੁੱਟੀ, ਸਮਝੋ ਤੂੰ ਆਊਂ। ਠੀਕ ਹੈ ਜੀ, ਚਲੋ ਆ ਜਾਓ। जाओ जाओ सेहत फड़ो जा के। डैडी आ गए ना, तू तो इतना दे दे ना। मैं चला दे दे। बीबी जी वैसे तुम्हारी मुश्किल का हल भी मेरे कोल ही। कौन सी? तुम्हें कैसे पता मैं मुश्किल है? और टेंशन तुम्हारी दूर हो सकती है 1 मिनट च। कैसे? चरखा। चरखा? चरखा तो नहीं पता? तेरी मां वाला चरखा? नहीं बीबी जी, आज को नवा पा लिया चरखा तुसे। कौन सा चरखा? और चरखा जे। कौन सा? सुन चरखे दी मीठी मीठी कूक। माइया तेन याद आंदा? ध्यान ना बीबी, अंदर खिड़की लगी। मालक ना फड़े जान। तमीज इस कर अगर नाले तो मैं नौना कल खिलौन क्यों नहीं दिता? अयो चतरानियां ने जो अभी ने है तो मेरा नाल दिया कुड़ी नहीं ना। वो तेरे नाल दिया। स्टेशन मास्टर की तब्दीली करानी पैनी है। क्यों की होया? साढ़े टांगे नु बाहर रोकता, स्टेशन के अंदर नहीं जान दिता। एक दे नहीं जान छड़ता, घोड़े च वड़ के नचण वाला। और सानू इंतजार वास्ते कुर्सी भी नहीं दी। असि कबाब आने दे फटे से बैठे रहे। अच्छा जी। और जेड़ा बंदा कबाब लेन आंदा सी ओ सानू पुछता सी कि चटनी तू देना वा? ते तुसी कहना सी दिना ते मैं ही है, लेकिन अज रगड़ी नहीं। जे चौधरी कुमे दा सही इस्तकबाल ना होया ते साडी बड़ी पिस्ती वाली गल। जनाब स्टेशन तो घर ते पहुंचंदे हो, इस्तकबाल ऐसा होएगा तुसी याद करोगे? चौधरी कुमा अपने नाल जानवर लै के आ रहा। अच्छा? कुत्ता लै के आ रहा, कुकड़ लै के आ रहा, बटेरे लै के आ रहा। ओए साडे कुकड़ा नाल लड़ाई होनी है। अच्छा? तगड़ा हो जा। पिछली बार भी तुसी अपने शौक च मेरी चुंझ तड़ाती सी। साडे कुकड़ नूं तेल मल के इत्थे खड़ा कर दिओ। ओनू भी तेल मलिया जा सकदा जी? क्या ओनू विठां लगियां ने जनाब? ओनू नैपी बन के इत्थे खड़ा कर दिओ। चौधरी साहब ए की कह रहे हो? चुप खामोश। एक महीने दी छुट्टी दे दो मैनू जे मैं बोल नहीं नहीं ते। ओए गल सुनो, चौधरी कुमा इत्थे रिश्ता वेखण आ रिहा। अच्छा? इस करके दा इस्तकबाल जबरदस्त होना चाहिए। बेफिक्र हो जाओ जी। बेगम किथे? बेगम मेरे वाली ते है नहीं जी। चौधरानी अंदर है जी। बीबी जी आ भाई आया खाद देने वाला। हाय हाय हाय, मैं के शुक्र है, शुक्र है कि तुझे तो दर्शन होए ने। ए ताड़ी उम्र है हर तरह। ए ते जो नवी नवी शादी हुंदी है ओ तो इस तरह करीदा। ओए तुसी नहीं आ मैं भुखी बैठी रहूं। ਇਸ ਉਮਰ ਤੇ ਇਸ ਤਰ੍ਹਾਂ ਨਹੀਂ ਕਰੀਦਾ। ਇਸ ਉਮਰ ਤੇ ਸਿਰਫ ਇਹ ਹੁੰਦਾ। ਸਹੀ ਗੱਲ ਹੈ, ਉਹ ਉਮਰ ਹੋਰ ਹੁੰਦੀ। ਡਾਕਟਰ ਨਹੀਂ ਮਿਲਿਆ, ਉਹ ਉਮਰ ਹੋਰ ਹੁੰਦੀ ਕਿ ਤੂੰ ਲੇਟ ਆਏ ਹੋ। ਮੈਂ ਨਹੀਂ ਬੋਲਦੀ, ਚਲੇ ਜਾਓ। ਇਸ ਉਮਰ ਚ ਤਾਂ ਮਹੀਨੇ ਬਾਅਦ ਬੰਦਾ ਆਵੇ ਤੇ ਫਿਰ ਆ ਗਿਆ ਹੈ। ਮੈਂ ਕਿਹਾ ਸ਼ੁਕਰ ਹੈ ਤੁਹਾਡੇ ਵੀ ਕਿਤਰੇ ਦਰਸ਼ਨ ਹੋਏ ਨੇ। ਡਾਟਾ ਮਰਦਾਨ ਖਾਨੇ ਆਣਾ ਮੈਨੂੰ ਬਿਲਕੁਲ ਪਸੰਦ ਨਹੀਂ। ਤੁਸੀਂ ਜੋ ਮਹੀਨਾ ਮਹੀਨਾ ਅੰਦਰ ਨਹੀਂ ਵੜਦੇ। ਮੇਰੇ ਨਾਲ ਵੇਖਣ ਦੇ ਮੈਂ ਫੜਿਆ ਹੁੰਦਾ। ਸਾਡੇ ਵਾਲਦ ਸਾਹਿਬ ਇੱਕ ਵਾਰੀ 6 ਮਹੀਨੇ ਮਰਦਾਨ ਖਾਨੇ ਪੈ ਰਹੇ। ਉਹ ਕਿਉਂ ਜੀ? ਬਾਅਦ 'ਚ ਪਤਾ ਲੱਗਾ ਕਿ ਉਹ ਮਰ ਗਏ। ਤੇ ਕਿਹੜੀ ਅੱਛੀ ਗੱਲ ਹੈ ਜਿਹੜੀ ਤੁਸੀਂ ਦੱਸ ਰਹੇ ਹੋ? ਚੌਧਰੀ ਕੁਮਾ ਸਾਹਿਬ ਆ ਰਹੇ ਨੇ ਕੁੜੀ ਨਹਿਰਾ ਦਾ ਰਿਸ਼ਤਾ ਵੇਖਣ। ਉਹ ਕੌਣ ਹੈ? ਆਹ ਬੜਾ ਵੱਡਾ ਜ਼ਿਮੀਦਾਰ ਹੈ। ਹਾਏ ਹਾਏ, ਮੈਂ ਕਿਹਾ ਕੋਈ ਬਚਪਨਾ ਨਾ ਕਰ ਲੈਣਾ।
ਕੁੜੀ ਦਾ ਰਿਸ਼ਤਾ ਕਿਤੇ ਜੋੜਨ ਤੋਂ ਪਹਿਲੇ ਉਹਦੇ ਕੰਨੀ ਕੱਟ ਦੇਣਾ। ਅਸੀਂ ਉਹ ਕੰਨ ਕੱਟ ਦੇਵਾਂਗੇ ਜਿਹੜੇ ਆਪਣੇ ਰਿਸ਼ਤੇ ਦੀ ਗੱਲ ਸੁਣਨਗੇ। ਹਾਏ ਚੌਧਰੀ ਸਾਹਿਬ, ਤੁਹਾਡੇ ਭਰਾ ਦਾ ਪੁੱਤਰ ਪੜਿਆ ਲਿਖਿਆ ਜਵਾਨ ਹੈ ਤੇ ਸ਼ਰੀਫ ਵੀ ਹੈ। ਉਸ ਹੱਟ ਕਲਰਕ ਦੇ ਬੇਟੇ ਨਾਲ ਆਪਣੀ ਬੇਟੀ ਦੀ ਸ਼ਾਦੀ ਕਰਦੇ ਆ? ਹਸੀਅਤ ਕੀ ਉਹਦੀ? ਇੱਕ ਕਮਰੇ ਦੇ ਫਲੈਟ 'ਚ ਰਹਿੰਦਾ। ਉੱਥੇ ਕੀ ਹੋਇਆ? ਉਹਨੂੰ ਘਰ ਦਾ ਬਾਤ ਰੱਖ ਲੈਣਾ, ਇੱਕੋ ਇੱਕ ਤੁਹਾਡੀ ਧੀ ਹੈ ਤੇ ਉਹ ਤੁਹਾਡੇ ਭਰਾ ਦਾ ਪੁੱਤਰ। ਖਾਮੋਸ਼! ਕਿੱਥੇ ਨੇ ਕੁੜੀਆਂ? ਮਾਈ ਬੁਰਖਾ ਪਾ ਕੇ ਟੁਰੀ ਜਾਣੀ, ਅੰਦਰ ਗਟਰ ਖੁੱਲਾ, ਮਾਈ ਅੰਦਰ ਬੁਰਖਾ ਪਾਰ। ਚੌਧਰੀ ਕੁਮਾ ਲੇਟ ਹੋ ਸਕਦਾ, ਕੱਟੀ ਲੇਟ ਹੋ ਸਕਦੀ ਹੈ, ਤੁਸੀਂ ਕਿਉਂ ਨਹੀਂ ਲੇਟ ਹੋ ਸਕਦੀਆਂ? ਤੁਸੀਂ ਭਾਵੇਂ ਪਹਿਲੇ ਲੇਟ ਹੋਵੋ ਪਰ ਕੁੜੀਆਂ ਨੂੰ ਤਾਂ ਜਾਣ ਦੇ ਜਾ ਸਕਦੇ ਹੋ। ਮੈਂ ਕਿਹਾ ਬੀਬੀ ਜੀ, ਤੁਸੀਂ ਇਸਲਾਮਾਬਾਦ ਚੱਲ ਜਾਓ, ਉਹਨੂੰ ਨਾ ਲਿਜਾਣਾ, ਉਹਨੇ ਤਾਂ ਗੁਜਰਾਤ ਨਹੀਂ ਟੱਪਣਾ। ਉਹ ਸ਼ੀਸ਼ਾ ਖੁੱਲਾ ਹੁੰਦਾ ਨਾਲ ਦੀ ਸਵਾਰੀ 'ਚ, ਵੱਜੇਗੀ ਫਿਰ ਚੰਗੇ ਰਹੋਗੇ। ਏ ਕੁੜੀਏ ਨਾਲਾ, ਮੈਨੂੰ ਗੱਲ ਇਨਸਾਫ਼ ਨਾਲ ਜਵਾਬ ਦੇ ਤੇ ਚੌਧਰੀ ਕੁਮਾ ਸਾਹਿਬ ਨਾਲ ਕੋਈ ਪੜ੍ਹੀਆਂ ਲਿਖੀਆਂ ਔਰਤਾਂ ਹੋਈਆਂ ਉਹਨਾਂ ਨਾਲ ਗੁਫ਼ਤਗੂ ਕੌਣ ਕਰੇਗਾ? ਸੋ ਤੁਹਾਡੀ ਮਾਂ ਦੀ ਤੇ ਜ਼ਬਾਨ ਹੀ ਗੈਰ ਸਰਕਾਰੀ ਹੈ। ਸਮਾਨ ਲਾ ਕੇ ਨੱਸ ਚੱਲਿਆ। ਤੁਸੀਂ ਪੁਲਿਸ ਚੋ ਜਾਂ ਤੁਹਾਡੇ ਤੇ ਪੁਲਿਸ ਬਹਿ ਕੇ ਜਾਂਦੀ?
Thank you.
हेलो तू नहीं आना इन क्यों परसों के नाखून च तू साबन फसाता सी सारे कुकड़ा ने की गल है फाड़े ते मक्खन ला के लिया चल आंडा शुतर मुर्ग का रखना ही चोरी कभी सुके भी खा लिया कर ले सुके मैं नहीं नंग दे जी कुकड़ की गल हो रही थी चोरी साहब कुकड़ इना प्यार करते ने अच्छा जी इना प्यार करते ने कुकड़ नाल शनाप बड़े शनाखती कार्ड दी होटल आई हो चोरी दी सही नहीं ना आंदी मैं चौधरी हां ते कैमरे नु ते नहीं ना पता मैं चौधरी हां कसम है खुदा दी मैं चौधरी हां लकड़दा सुभान अल्लाह मेरा कोई कसूर नहीं मेनू ट्रैक्टर ने बड़ाया मेनू माफ कर दियो मैं चौधरी का मूंह दा वेखो हफ्ची दी धुन्नी वर्गा मूंह है ओ चौधरी हां मैं जी उन्हें भी तो धुन्नी वेखी होनी है ना चौधरी साहब दौड़ जाओ क्यों तुम सऊदी अरब वाले लभन डे ओ क्यों वो कहते ने साडा तू शैतान गवाह हो गया ओदी सुन ले हां जी ए सऊदी अरब गया अच्छा उथे जमीन ते सिगरेट टिका सी अच्छा सिगरेट ते अरबी च लिखया सी गोल्ड लीफ आप सिगरेट चोक के चुम के उत्ते रखता ਸਾਡਾ ਖਾਨਦਾਨ ਲੈਂਦਾ ਰਿਹਾ ਵੀ ਦਿਲੀ ਨਾ
ਮੈਡਮ ਜੀ ਚੌਰੀ ਸਾਹਿਬ ਕੁੱਕੜ ਤੇ ਉਹ ਜਿਹੜਾ ਭਾਈ ਇਹ ਦੋਵੇਂ ਕਜ਼ਨ ਨੇ ਓਏ ਕੰਮ ਹੈ ਸ਼ੇਰ ਜਵਾਨ ਅੱਛਾ ਅੱਛਾ ਸਾਰੇ ਕੰਮ ਆ ਸਾਰੇ ਸਾਹਿਬ ਹਾਂਜੀ ਇਹ ਹੁਕਾ ਹੁੰਦੇ ਸੀ ਐਨਜੀ ਤੇ ਕਰਾ ਲਿਆ ਜੇ ਸਾਡੇ ਮਜ਼ਾ ਨਹੀਂ ਆਣ ਡਿਆ ਤੇ ਪੈਪ ਗੱਡਰ ਚ ਲਵਾ ਲਓ ਚਵਲ ਜਿਹਾ ਨਾ ਹੋਇਆ ਚੌਧਰੀ ਬੰਦਾ ਉਹਨੂੰ ਕਹਿਣ ਡਿਆ ਗਟਰ ਚ ਪੈਪ ਲਵਾ ਲਓ ਓਏ ਉਹ ਚੌਧਰੀ ਹੈ ਆਪ ਫੜ ਕੇ ਲਾ ਲੈ ਬਹੁਤ ਅੱਛੇ ਓਏ ਕੀ ਹੁਕਮ ਆ ਕੁੱਕੜ ਨੂੰ ਆ ਅੱਛਾ ਜੀ ਚੌਰੀ ਸਾਹਿਬ ਦੀ ਕੀ ਇੱਜ਼ਤ ਹੈ ਪਿੰਡਾਂ ਚ ਓਏ ਹੋਏ ਗੱਡੀ ਵੇਖ ਕੇ ਡਰਾਈਵਰ ਨੇ ਰੋਕ ਲਈ ਡਰਾਈਵਰ ਨੇ ਵੇਖਿਆ ਚੌਰੀ ਸਾਹਿਬ ਵੱਲ ਧਿਆਨ ਪਿਆ ਉਹਨੇ ਗੱਡੀ ਦੀ ਬ੍ਰੇਕ ਲਾ ਲਈ ਉਹਨਾਂ ਨੂੰ ਕਹਿੰਦਾ ਜਾਣਾ ਜੇ ਇਹ ਕਹਿੰਦੇ ਆਹੋ ਕਹਿੰਦਾ ਪਿਛਲੀ ਗੱਡੀ ਤੇ ਹੁਣ ਇਹਦੇ ਜਗ੍ਹਾ ਨਹੀਂ ਹੈਗੀ ਲੈ ਚੋਰੀ ਦੀ ਦਹਿਸ਼ਤ ਦਾ ਤੈਨੂੰ ਪਤਾ ਹੀ ਨਹੀਂ ਆ ਮੈਂ ਭਉ ਕਰਨਾ ਲੋਕੀ ਡਰ ਪੈਂਦੇ ਨੇ ਜੁਮੇ ਵਾਲੇ ਦਿਨ ਟਾਂਗੇ ਵਾਲਾ ਚੋਰੀ ਨੂੰ ਗਾਲ ਕੱਢ ਬੈਠਾ ਪੂਰੇ ਬਾਜ਼ਾਰ ਦੇ ਕੰਨ ਫੜ ਲੈ ਕੇ ਚੌਧਰੀ ਅੱਜ ਮਾਰੇ ਹੀ ਮਾਰੇ ਬੰਦਾ ਅੱਛਾ ਜੀ ਪੂਰਾ ਬਾਜ਼ਾਰ ਵੇਖ ਰਿਹਾ ਟਾਂਗਾ ਅੱਗੇ ਅੱਗੇ ਚੋਰੀ ਪਿੱਛੇ ਪਿੱਛੇ ਫਿਰ ਟਾਂਗਾ ਅੱਗੇ ਅੱਗੇ ਚੋਰੀ ਪਿੱਛੇ ਪਿੱਛੇ ਫਿਰ ਉਹ ਟਾਂਗੇ ਵਾਲੇ ਨੇ ਵੀ ਨਹੀਂ ਪਾਇਆ ਨਹੀਂ ਪਾਇਆ ਮਾਰੀ ਅੱਗੇ ਪੈਦਲ ਗਿਆ ਚੋਰੀ ਇਹ ਕਿਹੜੀ ਲੜਾਈ ਦੱਸਣ ਦਿਆ ਤੂੰ ਕੱਲ ਚਾਰ ਬੰਦੇ ਹੈ ਚਾਰ ਚੰਗੇ ਵਿਢਾਂ ਵਾਲੇ ਅੱਛਾ ਚੌਰੀ ਸਾਹਿਬ ਨੂੰ ਗਾਲਾਂ ਕੱਢੀਆਂ ਉਹਨਾਂ ਚੌਰੀ ਫਿਰ ਚੁੱਪ ਕਰ ਰਿਹਾ ਮੈਂ ਲੜਾਈ ਨਾ ਹੋਵੇ ਪਾਣੀ ਠੰਡਾ ਤੇ ਨਹੀਂ ਕੁੱਕੜ ਮਰਾਸੀ ਹੈ ਕੁੱਕੜ ਮਰਾਸੀ ਹੈ ਉਹਦੇ ਮੂੰਹ ਚ ਕੀ ਸਰੰਗੀ ਫਸੀ ਹੈ ਬਹੁਤ ਅੱਛਾ ਕੁੱਕੜੀ ਚੌਰੀ ਸਾਹਿਬ ਦਾ ਬੜੀਆਂ ਗੱਲਾਂ ਕਰਦਾ ਜੀ ਚੂਲੇ ਲਾਲ ਹਾਂਜੀ ਬੜੀਆਂ ਗੱਲਾਂ ਕਰਦਾ ਕੁੱਕੜ ਚੌਰੀ ਸਾਹਿਬ ਚੰਗੇ ਬੰਦੇ ਨੇ ਨਾ ਚੌਰੀ ਸਾਹਿਬ ਬੰਦੇ ਚੰਗੇ ਨੇ ਚੌਰੀ ਸਾਹਿਬ ਚਵਲ ਨੇ ਦੱਸੋ ਗੱਲ ਕੁੱਕੜ ਨਾ ਕੀਤੀ ਹੈ ਜਵਾਬ ਕੁੱਤਾ ਦੇਣ ਡਿਆ ਚੌਧਰੀ ਜਿਹੜਾ ਮੇਰਾ ਸਾਲਾ ਨਾ ਇਹਨੂੰ ਹਲਾਲ ਕਰਕੇ ਇਹਦੇ ਚਾਲੂ ਪਾਓ ਬੜਾ ਕਾਰੋਬਾਰ ਮਿੱਟੀ ਦਾ ਤੇਲ ਦਾ ਸਹੀ ਗੱਲ ਇੱਕ ਦਿਨ ਮੈਂ ਖੋਤੀ ਰੇੜੀ ਲੈ ਕੇ ਨਿਕਲਿਆ ਮਿੱਟੀ ਦਾ ਤੇਲ ਵਿੱਚ ਅੱਛਾ ਇੱਕ ਗਾਹਕ ਮੈਨੂੰ ਮਿਲਿਆ ਅੱਛਾ ਮੈਨੂੰ ਕਹਿੰਦਾ ਤੇਲ ਅਸਲੀ ਹੈ ਨਾ ਮੈਂ ਕਿਹਾ ਚੈੱਕ ਕਰ ਲੈ ਸਹੀ ਗੱਲ ਉਹਨੇ ਤੀਲੀ ਬਾਲੀ
ਬਿਜ਼ਨਸ ਹੋ ਪਿਆ ਸੀ, ਖੋਤੀ ਹੋ ਪਈ ਸੀ। ਲਾਰੀ ਬਿਜ਼ਨਸ ਦਾ ਤੇ ਮੈਨੂੰ ਨਹੀਂ ਪਤਾ ਕੀ ਹਾਲ ਹੋਇਆ ਹੋਣਾ, ਖੋਤੀ ਗੰਜੀ ਹੋ ਗਈ। ਪਰ ਖੋਤੀ ਤੇ ਉਦੋਂ ਦੀ ਐਡੀ ਡਰੀ ਹੈ, ਕੁੱਕਰ ਨਾ ਫਿਰਨ ਲੱਗ ਪਈ। ਇਹ ਗੰਜਾ ਨਹੀਂ, ਅੱਛਾ ਇਹ ਜਵਾਨ ਹੋਣ ਡਿਆ। ਹਾਂਜੀ, ਵਾਲਾ ਚੋਂ ਸਿਰ ਬਾਹਰ ਆ ਗਿਆ। ਅੱਛਾ ਨਵਾਂ ਨਿਕਲਣ ਡਿਆ। ਚੌਰੀ ਮੈਕਡੋਨਲ ਤੇ ਗਿਆ। ਅੱਛਾ ਬਾਹਰ ਬਾਬਾ ਨਹੀਂ ਬੈਠਾ, ਉਹਨੂੰ ਕਹਿੰਦਾ ਬੈਠਾ ਖਾ ਲਿਆ ਤੇ ਜਾ ਹੁਣ। ਉਹ ਮੈਂ ਬਾਅਦ ਭੁਲੇਖਾ ਲੱਗ ਗਿਆ ਸੀ। ਨਹੀਂ ਬੜਾ ਵੱਡਾ ਪਾਈ ਹੋਇਆ ਚੌਧਰੀ, ਬੜੀ ਮਿਹਰਬਾਨੀ। ਸਾਨੂੰ ਤੇ ਮੁਰਾਕਾਂ ਦੀ ਬੜੀ ਘੱਟ ਹੋਈ, ਸਾਰੀ ਜ਼ਿੰਦਗੀ ਤੇ ਚੌਰੀ ਦੌਲਤ ਪਿੱਛੇ ਭੱਜਦਾ ਰਿਹਾ। ਹਾਏ ਹਾਏ ਚਾਚਾ, ਦੌਲਤ ਜਿਹੜਾ ਸੀ। ਹਾਂ ਨਹੀਂ, ਬੇਵਕੂਫਾ, ਸਾਰੀ ਜ਼ਿੰਦਗੀ ਦੌਲਤ ਪਿੱਛੇ ਹੀ ਲੰਘ ਗਈ। ਅੱਛਾ ਜੀ, ਕੀ? ਹਾਂ ਜੀ, ਪਾਗਲ ਸੀ ਨਾ, ਢੇਲੀ ਰੇੜ ਕੇ ਮਗਰ ਭੱਜਿਆ ਫਿਰਦਾ ਉਹ। ਬੱਬਰ ਸ਼ੇਰ ਹੈ ਚੌਧਰੀ, ਬੜੀ ਗੱਲ, ਬੜੀ ਗੱਲ। ਮੈਂ ਨਾ ਚੌਧਰੀ, ਅਸੀਂ ਇੱਕ ਵਾਰੀ ਪਿੰਡ ਗਏ ਆ, ਚੌਧਰੀ ਖਲੋਤਾ ਅੱਗੇ 20-25 ਗੱਡੀਆਂ ਖਲੋਤੀ ਆਪਣੀਆਂ। ਨਹੀਂ ਯਾਰ, ਪੈਂਚਰਾਂ ਦੀ ਦੁਕਾਨ ਸੀ। ਬੜੀ ਬੁਰੀ ਬਦਦੁਆ ਦਿੰਦੇ ਨੇ ਚੌਧਰੀ ਦੇ, ਤੇ ਖੁਸਰੇ ਦੀ ਬੜੀ ਬਦਦੁਆ ਲੱਗਦੀ। ਦੋਵੇਂ ਕਿੱਥੇ ਬੈਠੇ? ਕੀ ਕਰਨ ਡਏ ਹੋ? ਕਿੱਥੇ ਨਹਾਣਾ? ਇੱਧਰ ਸਾਡੇ ਚੌਰੀ ਸਾਹਿਬ ਦਾ ਮੂੰਹ ਵੇਖੋ, ਮਾਸ਼ਾਅੱਲਾ ਸ਼ੇਰ ਨੇ ਸ਼ੇਰ। ਹਾਂ, ਇਹ ਉਹ ਸ਼ੇਰ ਹੀ ਨਾਜ਼ ਦਾ ਸ਼ੇਰ ਕਹਿੰਦਾ, ਆਦਰ ਬਾਹਰ ਫਿਰਨ ਟੁਰਨ ਚੱਲੀਏ। ਇਹੋ ਜਿਹਾ ਸ਼ੇਰ ਅੱਗੋਂ ਕਹਿਣ ਡਿਆ ਹੁੰਦਾ, ਓਏ ਨਾਲਦਿਆਂ ਦਾ ਕੁੱਤਾ ਬੜਾ ਤਗੜਾ ਹੀ, ਥੋੜੀ ਜਿਹੀ ਲੋ ਲੱਗ ਲੈਂਦਾ। ਤੇ ਇਹੋ ਜਿਹੇ ਬੋਲੇ ਕੁੱਤੇ ਹੁੰਦੇ ਨੇ। ਅੱਛਾ, ਨਾਲ ਦੇ ਕੁੱਤਿਆਂ ਨੂੰ ਕਹਿੰਦੇ ਨੇ, ਓਏ ਚੋਰ ਆਏ ਤੇ ਮੈਨੂੰ ਵੀ ਦੱਸੀ, ਮੈਂ ਭੌਂਕਣਾ। ਆ ਗਏ ਭੌਂਕ ਫਿਰ। ਇਹੋ ਜਿਹੇ ਅੰਨੇ ਕੁੱਤੇ ਹੁੰਦੇ ਨੇ, ਸਿਰ 'ਚ ਡਾਂਗ ਵੱਜੇ ਤੇ ਕਹਿੰਦੇ ਸ਼ੁਕਰ ਇਹ ਅੱਖਾਂ ਹੁੰਦੀਆਂ ਤੇ ਤਾਰੇ ਆ ਜਾਣੇ ਸੀ। ਬਕਵਾਸ ਕਰਨ ਡਿਆ, ਇਹੋ ਜਿਹੇ ਬੁੱਢੇ ਕੁੱਤੇ ਹੁੰਦੇ ਨੇ। ਹਾਂ, ਚੁੱਪ ਕਰਕੇ ਖਲੋਤੇ ਹੁੰਦੇ। ਨਾਲ ਦਾ ਕੁੱਤਾ ਕਹਿੰਦਾ ਤੂੰ ਕਿਉਂ ਨਹੀਂ ਭੌਂਕਦਾ? ਕਹਿੰਦਾ ਵੱਢਣੀ ਤੇ ਦੰਦੀ ਹੈ, ਰੌਲਾ ਪਾਇਆ ਕਿ ਬਹੁਤੀ ਗੱਲ ਹੁੰਦੀ ਭਲਾ। ਨਾਣ ਵਾਲੀ ਥਾਂ ਕਿੱਥੇ? ਇੱਧਰ ਅੰਦਰ ਘੜੇ ਵੀ ਰੱਖ ਦਿੱਤੇ ਨੇ। ਹੈ ਘੜੇ ਕੀ? ਅੰਦਰ ਮੈਂ ਕਾਂਜੀ ਵੇਚਣੀ, ਚਿੱਟਾ ਕੱਪੜਾ ਵੀ ਇੰਨਾ ਰੱਖ ਦਿੱਤਾ ਜੀ। ਕੀ ਬੈਨਰ ਲਿਖਣੇ ਨੇ ਮੈਂ ਸ਼ੂਗਰ ਤੇ? ਚੌਧਰੀ ਜੀ, ਹਾਂ ਅੱਡੀ ਚੁੱਕ ਕੇ ਰੱਖੋ, ਹਾਂ ਖੁਰੀ ਲਾਣੀ ਹੈ। ਆਹੋ ਆਹੋ, ਮੈਂ ਮੂੰਹ 'ਚ ਨਾਲਾ ਦੇ ਕੇ ਨੇਫੇ 'ਚ ਵਾਰ ਦਿਆਂਗੇ। ਤੇ ਉਹਨੂੰ ਵਿੱਚ ਨੀਂਦਰ ਆ ਗਈ, ਤੂੰ ਤੇ ਉਂਝ ਹੀ ਬੈਠਾ ਰਿਹਾ ਨਾ। ਇੱਥੇ ਰਹਿੰਦੇ ਨੇ ਮਗਰ। ਕਿਉਂ? ਓਏ ਅੰਦਰ ਆ, ਇਹ ਤੁਹਾਡਾ ਘਰ ਨਹੀਂ ਜਿੱਥੇ ਮੰਜੀ ਖੜੀ ਕਰਕੇ ਨਹਾਈਦਾ? ਇੱਥੋਂ ਅੰਦਰੋਂ ਕੁੰਡੀ ਲਾ ਲੈਣਾ। ਅੱਛਾ, ਕੱਲ੍ਹ ਤੁਹਾਨੂੰ ਮੇਰਾ ਪਤਾ ਕਰਦਾ ਰਹੀ। ਦੌਰੇ ਪੈਂਦੇ ਤੁਹਾਨੂੰ? ਉਹ ਕੁੰਡੀ ਮੇਰੇ ਕੋਲ ਨਾ ਖੁੱਲੀ ਤੇ ਫੇਰ ਉਹ ਚੋਰੀ, ਮੈਂ ਤੇਰੇ ਪਿੱਛੇ ਆ ਗਿਆ, ਇੱਡੀ ਕਿਹੜੀ ਗੱਲ ਹੈ। ਹੋਰ ਸੁਣਾ ਬਈ, ਲੰਮਾ ਪਿਆ ਤੈਨੂੰ ਸੁਣਾਵਾਂ। ਮੈਂ ਤਾਂ ਸਮਝਾ, ਇੱਥੇ ਕੰਮ ਆਈ ਹੈ ਤੂੰ ਵੀ? ਕੰਮ ਆਈ ਹੈ, ਹੋਰ ਇੱਥੇ ਮੈਂ ਕੀ, ਕੈਮਰੇ ਦੀ ਸਫਾਈ ਹੈ। ਮੈਂ ਪੁੱਛਿਆ ਤਨਖਾਹ ਸੁਣਾ ਲੈਂਦਾ ਇਹਨਾਂ ਕੋਲ। ਆਹੋ ਤਨਖਾਹ ਹੀ, ਹੋਰ ਮੈਨੂੰ ਆਟਾ ਦਿੰਦੇ ਨੇ। ਪਤਾ ਵੀ ਤੈਨੂੰ ਨਾ ਲੱਗਦਾ, ਤੂੰ ਵੀ ਚੋਰੀ ਕੋ ਤਨਖਾਹ ਲੈਂਦਾ ਕਿ ਉਹਨੂੰ ਕੋਈ ਹਿਸਾਬ ਕਿਤਾਬ ਲਾਇਆ? ਉਹ ਕਦੀ ਪੱਠੇ ਲੈ ਜੀਦੇ ਨੇ, ਕਦੀ ਤਨਖਾਹ ਲੈ ਜੀਦੀ, ਕਦੀ ਦਾਣੇ ਲੈ ਜੀਦੇ। ਚੌਧਰੀ ਕੂਮਾ ਸਾਹਿਬ ਕਿੱਥੇ ਨੇ? ਬੰਦਰ ਨੇ ਜਨਾਬ ਨਹਾਉਣ ਵਾਸਤੇ ਗਏ, ਉਹਨਾਂ ਦਾ ਖਾਸ ਖਿਆਲ ਰੱਖਣਾ। ਕਿਉਂ ਜੀ, ਉਹ ਮਿੱਟੀ ਖਾਂਦੇ ਨੇ? ਉਹਨਾਂ ਦਾ ਖਾਸ ਖਿਆਲ ਰੱਖਣਾ, ਉਹ ਚੀਜ਼ ਲੁਕਾ ਲੈਂਦੇ ਨੇ, ਕੋਈ ਕੀ ਵਜ੍ਹਾ? ਕੌਣ ਸਾਹਿਬ ਨੇ? ਚੌਧਰੀ ਸਾਹਿਬ ਸਾਡੇ। ਸਲਾਮ ਅਲੈਕੁਮ ਜੀ। ਚੌਧਰੀ ਕੁੰਮੇ ਦਾ ਕੰਮ ਆਇਆ? ਹਾਂਜੀ, ਇਹ ਸਿਰ ਗਰਮ ਕਰਕੇ ਚੌਰੀ ਨੂੰ ਟਕੋਰਾ ਦਿੰਦਾ ਜੀ। ਤੇਰੇ ਬੜਾ ਨਾਂ ਸੁਣਿਆ ਵੀ, ਚੰਗਾ ਮੁੰਡਾ ਤੂੰ। ਤੁਹਾਡਾ ਵੀ ਬੜਾ ਨਾਂ ਸੁਣਿਆ ਜਨਾਬ। ਬੜਾ ਮਸ਼ਹੂਰ ਨੇ ਚੌਰੀ ਸਾਹਿਬ। ਹਾਂਜੀ, ਇਹੋ ਹੀ ਨੇ ਜਿਹੜੇ ਕਚਹਿਰੀਆਂ ਝੂਠੀਆਂ ਕਸਮਾਂ ਚੁੱਕਦੇ ਨੇ। ਓ ਜੀ, ਉਹ ਤੋਂ ਖਾ ਗਿਆ ਮੈਨੂੰ। ਕੀ ਹੋਇਆ? ਮੈਂ ਅੰਦਰ ਵੜਿਆ। ਹਾਂਜੀ, ਅੰਦਰ ਵੜਿਆ ਤੁਸੀਂ? ਮੈਨੂੰ ਸਮਝ ਲੱਗ ਗਈ, ਸ਼ੈਂਪੂ ਵਾਲੀ ਸ਼ੀਸ਼ੀ 'ਚ ਕਿਸੇ ਨੇ ਮੋਬਾਈਲ ਦਾ ਤੇਲ ਪਾਤਾ ਹੋਣਾ। ਓ ਨਹੀਂ, ਮੈਂ ਅੰਦਰ ਵੜਿਆ। ਮੈਂ ਹਾਲੀ ਕਮੀਜ਼ ਦਾ ਬਟਨ ਖੋਲ੍ਹਿਆ,
ਹੀ ਮਰ ਚੱਲੇ ਹੋਣੇ। ਉਹ ਨਹੀਂ ਯਾਰ, ਉਹ ਕਾਮੋ ਕੀ ਦਿਆ ਫੈਂਟੋ ਮੱਸਾ, ਮੈਂ ਅੰਦਰ ਵੜਿਆ, ਮੈਂ ਫੱਟੀ ਤੇ ਬੈਠਾ, ਫੱਟੀ ਚੋਂ ਕਿੱਲ ਬਾਹਰ ਨਿਕਲਿਆ ਹੋਣਾ। ਇਹ ਤੈਨੂੰ ਕੋਲੋਂ ਹੀ ਆਵਾਂ ਤਾਂ ਆਉਂਦੇ ਹੀ, ਮੈਂ ਫੱਟੀ ਤੇ ਬਹਿ ਗਿਆ, ਡੱਬੇ ਨੂੰ ਮੈਂ ਹੱਥ ਪਾਇਆ, ਡੱਬਾ ਭਾਰਾ ਹੋਣਾ ਵਿੱਚ ਜਾ ਪਏ ਹੋਣੇ ਨੇ। ਤੈਨੂੰ ਸਹੀ ਸਾਰਾ ਹੀ ਪਤਾ, ਤੂੰ ਚੋਰੀ ਦੀ ਬੁੱਢੀ ਆ। ਮੈਂ ਡੱਬਾ ਪਾਣੀ ਦਾ ਸਿਰ ਤੇ ਪਾਇਆ ਤੇ ਪਾਣੀ ਤੱਤਾ ਟੀਟ। ਮੈਂ ਇਹਨੂੰ ਕਹਿੰਦੀ ਠੰਡਾ ਪਾਣੀ ਰੱਖ, ਕਹਿੰਦਾ ਗਰਮ ਰੱਖ, ਚੋਰੀ ਦੇ ਨਾਲ ਆਂਡੇ ਉਬਾਲਣੇ ਨੇ। ਬਾਥਰੀ ਸਾਹੋ ਤਨ ਮੈਂ ਖਿੜਕੀ ਅੱਗੇ ਬਾਹਾਂ। ਓਏ ਬਾਹਾਂ ਦੇ ਪਾਸੇ ਚੌਧਰੀ, ਓ ਕੱਪੜੇ ਪਾ ਲੈ, ਤੇਰੀ ਮਿਹਰਬਾਨੀ। ਕਿਉਂ ਉਹ ਕੱਪੜੇ ਪਾ ਲੈ ਸਾਨੂੰ, ਉਹ ਪੁਰਾਣੀਆਂ ਮਾਈਆਂ ਵਰਗਾ ਪਿੰਡਾਂ ਨਾ ਵਿਖਾ। ਚੋਰੀ ਵੀ ਪਤਾ ਨਹੀਂ ਕਿਵੇਂ ਦੇ ਨੇ। ਬਾਦਸ਼ਾਹ ਅੱਲਾ ਨੇ ਦੌਲਤ ਦਿੱਤੀ ਆ, ਮਿਸਾਲ ਨਹੀਂ ਸੁਣੀ ਕਿ ਜਿੰਨਾ ਘਰ ਦਾਣੇ ਉਹਨਾਂ ਦੇ ਕਮਲੇ ਵੀ ਗੰਜੇ। ਨਹੀਂ ਸਿਆਣੇ, ਪਤਾ ਨਹੀਂ ਕਿਹੜੇ ਸਿਆਣਿਆਂ ਕੋਲ ਬਹਿ ਕੇ ਮਿਸਾਲਾਂ ਸੁਣਨਾ ਤੂੰ। ਬਸ ਯਾਰ, ਆ ਮੇਰਾ ਚੌਧਰੀ ਬੜਾ ਹੀ ਗਰੀਬ ਹੀ। ਅੱਛਾ ਜੀ, ਇੰਨਾ ਗਰੀਬ ਹੈ ਮੈਂ ਆਪਣੀਆਂ ਤਨਖਾਹਾਂ ਜੋੜ ਜੋੜੀ ਨੂੰ ਮੱਝਾਂ ਲੈ ਕੇ ਦਿੱਤੀਆਂ ਹੀ, ਸਾਰੀਆਂ ਮੱਝਾਂ ਦੇ ਦਿੱਤੀਆਂ, ਮੱਝਾਂ ਇਹਨੂੰ ਲੈ ਕੇ ਦਿੱਤੀਆਂ ਤਨਖਾਹਾਂ ਜੋੜ ਜੋੜ। ਬੜੀ ਗੱਲ ਏ, ਸਾਡਾ ਚੋਰੀ ਵੀ ਹੁਣ ਚੋਰੀ ਹੋਇਆ। ਅੱਛਾ ਜੀ, ਆ ਪਹਿਲੋਂ ਅੱਲਣ ਫਕੀਰ ਪਿੱਛੇ ਹੁੰਦਾ ਸੀ, ਉਹਨੂੰ ਸ਼ੇਰ ਦੱਸਦਾ ਹੁੰਦਾ ਸੀ। ਅੱਛਾ ਅੱਛਾ, ਤੂੰ ਇੱਥੇ ਰਹਿੰਦਾ ਅਤੇ ਹੋਰ ਤੁਹਾਡੇ ਵੱਲੋਂ ਨਾ। ਮੈਂ ਵੈਸੇ ਪੁੱਛਿਆ, ਮੈਂ ਇੱਥੇ ਰਹਿੰਦਾ ਨਾ। ਆਹੋ, ਹੋਲਣ ਦੇ ਗੱਲ ਫੋਨ ਕਰਨ ਡਿਆ ਵਜਾ, ਦੋਵੇਂ ਲਾਗੇ ਲਾਗੇ ਆਪਸ ਹੀ ਮਿਲਾ ਲਿਆ ਜੇ। ਚੱਲ ਚੰਗਾ ਕੀਤਾ, ਸ਼ੁਕਰ ਹੈ ਭਰਾ ਬੈਠਾ। ਇੱਥੇ ਰਹਿਣਾ ਤੂੰ ਇੱਥੇ ਹੀ, ਚੱਲ ਮੁਕਾ ਲਾ ਹੁਣ, ਅਗਲੀ ਆਪ ਕਹਿ ਗਈ ਪੈਸੇ ਮੁੱਕ ਗਏ ਨੇ ਜੀ। ਇੱਥੇ ਰਹਿਣਾ ਤੂੰ? ਹਾਂ ਹਾਂ, ਆਹ ਜਿਹੜੀ ਚਬੁਰਜੀ ਹੈ, ਚਬੁਰਜੀ, ਆਹੋ ਇਹ ਪਹਿਲਾਂ ਯਾਦਗਾਰ ਨਾ ਮੰਗੀ ਸੀ। ਉਹ ਐਵੀਂ ਇਹ ਸ਼ਰੀਕਾਂ ਨੇ ਗੱਲ ਫੈਲਾਈ ਹੈ, ਇਹ ਨੀਲਾ ਗੁੰਮਤ ਨੀ, ਹਾਂ ਉਹਨੇ ਅਫਵਾਹ ਫੈਲਾਈ ਹੈ। ਚਬੁਰਜੀ ਆ ਫੈਸਲਾਬਾਦ ਘੰਟਾ ਘਰ ਨੀ, ਆਹੋ ਉਹਦੇ ਨਾਲ ਮੰਗੀ ਸੀ, ਫਿਰ ਉਹ ਘੰਟਾ ਘਰ ਨੇ ਜਵਾਬ ਦੇ ਦਿੱਤਾ। ਉਹ ਕਿਉਂ? ਉਹਨੇ ਕਿਹਾ ਆਵਾਰਾ ਜੀ ਹੈਗੀ, ਚੌਂਕ 'ਚ ਖੜੀ ਰਹਿੰਦੀ। ਤੂੰ ਇਹ ਚੋਰੀ ਦਾ ਨੌਕਰ ਹੈ? ਆਹੋ। ਮੈਂ ਤਾਂ ਨਹੀਂ ਨੌਕਰ, ਹਾਂ ਮੈਂ ਤਨਖਾਹ ਸ਼ਨਖਾਹ ਨਹੀਂ ਲੈਂਦਾ। ਅੱਛਾ, ਮੈਂ ਤਾਂ ਚਿਤਰਾਹਟ ਸਿੱਖਣ ਡਿਆ ਦੇਖੋ। ਵੈਸੇ ਕਿੰਨੀ ਕੁ ਦੇਰ 'ਚ ਬੰਦਾ ਚੌਧਰੀ ਬਣ ਜਾਂਦਾ? ਜੇ ਕੋਈ ਵੇਖੇ ਨਾ ਤੇ ਅੱਧੇ ਘੰਟੇ ਦਾ ਕੰਮ ਹੈ। ਤੇ ਜੇ ਪੈ ਜੇ ਕਿਸੇ ਦੀ ਨਜ਼ਰ ਫੇਰ ਗੱਲ ਲੰਘ ਜਾਂਦੀ 6 ਮਹੀਨੇ ਤੱਕ। ਤੈਨੂੰ ਕਿੰਨੀ ਕੁ ਦੇਰ ਹੋਈ ਇੱਥੇ ਲੱਗਿਆ? ਸੋਹਣਿਆ ਮੈਂ ਤਾਂ ਮਜਬੂਰੀ ਤੇ ਨੌਕਰੀ ਕਰਨ ਡਿਆ, ਪੜ੍ਹਿਆ ਲਿਖਿਆ ਬੰਦਾ, ਮੈਂ ਤਾਂ ਵਕੀਲ ਲੱਗਣਾ ਸੀ। ਤੇ ਲੱਗਾ ਕਿਉਂ ਨਹੀਂ? ਮੈਂ ਕਚਹਿਰੀਆਂ ਜਾ ਕੇ ਵਕੀਲਾਂ ਦੇ ਦਫ਼ਤਰ ਵੇਖੇ, ਮੇਰੀ ਰੂਹ ਹੀ ਮਰ ਗਈ। ਉਹ ਕਿਉਂ? ਇਹ ਕਿਹੜਾ ਦਫ਼ਤਰ, 2 ਕੁਰਸੀਆਂ, 1 ਬੈਂਚ, ਸੰਗਲ ਪਾ ਕੇ ਟਾਹਲੀ ਨਾ ਬੰਨਿਆ। ਬੰਦਾ ਰਿਟਾਇਰ ਹੋ ਜਾਵੇ ਸਿਰਫ ਦਫ਼ਤਰ ਦੀ ਅੱਗ ਸੇਕ ਸਕਦਾ ਦੱਸ। ਵੈਸੇ ਤੂੰ ਵਕੀਲ ਹੁੰਦਾ, ਤੇਰੀ ਫੀਸ ਵੀ ਥੋੜ੍ਹੀ ਹੋਣੀ ਸੀ। ਕਿਵੇਂ? ਲੋਕਾਂ ਨੇ ਕਹਿਣਾ ਯਾਰ ਕੇਸ ਲੜਨਾ, ਫੀਸ ਕਿੰਨੀ, ਤੂੰ ਉਹਦੇ ਪੈਰੀ ਪੈ ਜਾਣਾ, ਮੇਰੇ ਬੱਚਿਆਂ ਦੀ ਫੀਸ ਦੇ ਦਿਓ, ਮੇਰੀ ਖੈਰ। ਤੇ ਮੇਰੇ ਕੋਲ ਕੇਸ ਵੀ ਤਾਂ ਤੇਰੇ ਵਰਗੇ ਹੀ ਆਉਣੇ ਸੀ, ਬੱਕਰੀ ਚੋਰੀ ਹੋ ਗਈ, ਤੇ ਮੈਂ ਕਹਿਣਾ ਸੀ ਜੱਜ ਸਾਹਿਬ ਮਿਲੋ। ਜੱਜ ਨੇ ਕਹਿਣਾ ਤੁਸੀਂ ਦੋਵੇਂ ਭਰੀ ਬੋ, ਉਹ ਸਾਰੀ ਦੌਲਤ ਮੈਂਗਣਾ ਨਾਲ ਭਰੀ ਹੋਣੀ ਸੀ। ਸਹੀ ਗੱਲ। ਵੈਸੇ ਅਸੀਂ ਚੌਧਰੀ ਬਣ ਜਾਈਏ, ਕੀ ਖਿਆਲ? ਅਸੀਂ ਕਿਵੇਂ ਬਣ ਸਕਦੇ ਚੌਰੀ ਯਾਰ? ਚੌਧਰੀ ਬਣਨਾ ਨਾ। ਕਿਵੇਂ? ਚੌਰੀ ਬਣ ਜਾਂਦੇ ਆ। ਕਿਸ ਤਰ੍ਹਾਂ? ਓਏ ਡਾਂਗਾ ਡੂੰਗਾ ਫੜ ਕੇ ਚੌਰੀ ਬਣ ਜਾਂਦੇ। ਡਾਂਗਾ ਫੜਨ ਨਾਲ ਚੌਰੀ ਬਣ ਜਾਂਦਾ? ਹਾਂ ਤੇ ਹੋਰ। ਹਾਂ ਭਾਵ ਹੀ ਡਾਂਗ ਫੜਨੀ ਚੱਲਾਂ ਮੇਰਾ ਖਿਆਲ। ਸਾਨੂੰ ਪੜ ਲੈਂਦੇ ਯਾਰ ਪਹਿਲਾਂ, ਲੈ ਆਸਰਾ ਫੜ ਫਿਰ। ਵੈਸੇ ਮੈਨੂੰ ਇੱਕ ਖਤਰਾ, ਕੀ? ਇਹ ਚੌਧਰੀ ਦੀ ਤਸੀਰ ਗਰਮ ਤਾਂ ਨਹੀਂ ਹੁੰਦੀ? ਉਹਨੇ ਨਾ ਐਮਏ ਚੌਧਰੀ ਬਣ ਜਾ, ਬਾਅਦ ਚ ਪਿੱਤ ਨਿਕਲ ਆਏ ਫਾਇਦਾ। ਦੇਸੀ ਚੌਧਰੀ ਤੇ ਕਾਲੇ ਛੋਲੇ, ਹਾਂ ਇਹ ਸਹੀ ਹੁੰਦੇ ਨੇ। ਅੱਛਾ ਜੀ, ਆਹੋ ਚੱਲ ਡਾਂਗਾ ਡੂੰਗਾ ਫੜ ਕੇ ਚੌਧਰੀ ਬਣ ਜਾਂਦੇ। ਲੈ ਚੌਧਰੀ ਬਣ ਜਾ, ਇਹਨਾਂ ਦੋਵਾਂ ਨੂੰ ਕੰਮੀ ਬਣਾ ਦੇ, ਇਹਨਾਂ ਕੋਲ ਪਤਲੇ ਲਈਏ। ਉਹ ਡਾਂਗਾ ਦੇ ਕੋਨੀ ਆ ਹਾਈ, ਆ ਗਈ ਓਏ, ਆਹੀ ਫੜ ਲੈਨੇ ਆ।
ਤੂੰ ਆਪਣੇ ਪਿੰਡ ਦਾ ਚੌਰੀ ਮੈਂ ਨਾਲ ਦੇ ਪਿੰਡ ਦਾ ਚੌਰੀ ਸਹੀ ਮੈਂ ਤੈਨੂੰ ਮਿਲਣ ਆਇਆ ਠੀਕ ਹੈ ਮੈਂ ਅੰਦਰ ਹੋਇਆ ਸਲਾਮ ਅਲੈਕੁਮ ਜੀ ਓਏ ਆ ਵੀ ਚੌਧਰੀ ਗੰਜਿਆ ਕੀ ਹਾਲ ਹੈ ਚੌਧਰੀ ਉਹ ਪਿਛਲੀ ਚ ਮੇਰਾ ਤੈਨੂੰ ਲੱਭਦਾ ਹੀ ਰਹੇ ਉਹ ਕਿਉਂ ਉਹ ਤੇਰੇ ਚਪੇੜਾ ਮਾਰਨੀਆਂ ਸੀ ਫਿਰ ਮੈਂ ਨਹੀਂ ਲੱਭਾ ਆਪਣੇ ਮੂੰਹ ਤੇ ਮਾਰ ਲਈਆਂ ਚੌਧਰੀ ਕਿੱਧਰ ਆਣਾ ਹੋਇਆ ਆਉਣਾ ਕਿੱਧਰ ਹੈ ਚੌਰੀ ਉਹ ਗੱਲ ਵੱਡੀ ਹੈ ਮੂੰਹ ਜ਼ਰਾ ਛੋਟਾ ਗੱਲ ਹੈ ਕਿ ਉਹ ਮੁੰਡਾ ਹੋ ਗਿਆ ਜਵਾਨ ਉਹ ਵੇਖੋ ਨਾ ਜੀ ਤੇਰੇ ਸਾਹਮਣੇ ਹੋਇਆ ਕਿ ਤੈਨੂੰ ਕਿਸੇ ਨੇ ਦੱਸਿਆ ਉਹ ਚੌਰੀ ਸਾਹਿਬ ਮੈਂ ਸੋਚਿਆ ਕਿ ਮੈਨੂੰ ਪਤਾ ਬੱਚੀ ਤੁਹਾਡੀ ਬੀਏ ਦਾ ਇਮਤਿਹਾਨ ਦੇਣਾ ਹਾਲੇ ਚੌਧਰੀ ਸਾਹਿਬ ਗੱਲ ਇਹ ਆ ਕਿ ਚੌਧਰੀਆਂ ਕੋਲ ਚੌਧਰੀ ਆਉਂਦੇ ਨੇ ਨਾ ਮੈਂ ਤੇ ਕੰਮੀ ਆ ਚੌਧਰੀ ਅੰਦਰ ਬੈਠਾ ਕਮੇ ਤੇ ਬੁਲਾਵਾ ਉਹ ਨਹੀਂ ਚੌਧਰੀ ਸਾਹਿਬ ਜਿਹੜੀ ਗੱਲ ਆਪਸ ਵਿੱਚ ਮੁੱਕ ਜਾਣੀ ਹੈ ਉਹ ਗੱਲ ਇਹ ਆ ਕਿ ਮੁੰਡਾ ਬੜਾ ਕਾਬਲ ਹੈ ਤੇ ਉਹਨੂੰ ਸੋਹਣਿਆ ਕਾਬਲ ਹੀ ਭੇਜ ਦੇ ਉੱਥੇ ਦੋ ਕੁ ਮਹੀਨੇ ਰਿਹਾ ਕਿਸੇ ਕਾਬਲ ਨਹੀਂ ਰਹੇਗਾ ਫਿਰ ਸੱਦ ਲਈ ਤੇਰੇ ਤੇ ਘਰ ਦੀ ਖੇਤੀ ਚੌਧਰੀ ਸਾਹਿਬ ਮੈਂ ਫਿਰ ਨਾ ਹੀ ਸਮਝਿਆ ਵੇਖ ਲਓ ਕਿਤੇ ਵਿਆਹਣਾ ਹੀ ਜੇ ਨਾ ਕੱਲ ਨੂੰ ਜੋ ਸਿਰ ਚ ਖੇ ਪਏਗੀ ਤੁਹਾਡੇ ਚ ਫਾਇਦਾ ਸਹੀ ਹੈ ਤੇਰੇ ਇੰਨੀ ਪਈ ਤੈਨੂੰ ਵਾਲ ਹੀ ਲੁਹਾਉਣੇ ਪੈ ਗਏ ਉਹ ਚੌਧਰੀ ਸਾਹਿਬ ਫਿਰ ਨਹੀਂ ਸਮਝਿਆ ਹੱਡ ਪੀਤੀ ਸੁਣਾ ਕੋਈ ਜੱਗ ਪੀਤੀ ਸੁਣਾ ਘਰ ਦਾ ਕੀ ਹਾਲ ਹੀ ਚੌਧਰੀ ਸਾਹਿਬ ਕੀ ਦੱਸਾਂ ਉਹ ਨਾ ਚਦਰਾਣੀ ਲੜਦੀ ਰਹਿੰਦੀ ਮੇਰੇ ਨਾਲ ਕਿਉਂ ਉਹ ਕਦੀ ਲੂਣ ਮਿਰਚ ਤੇਜ਼ ਕਰ ਦਿੰਦੀ ਹਾਂਡੀ 'ਚ ਕਦੀ ਮਸਾਲਾ ਤੇਜ਼ ਕਰ ਦਿੰਦੀ ਉਹਦੀ ਆਦਤ ਹੀ ਹੈ ਮੈਂ ਉਹਨੂੰ ਇਸੇ ਲਈ ਛੱਡਿਆ ਸੀ ਮੈਂ ਆਪ ਨਹੀਂ ਰੱਖਣੀ ਦੂਜੀ ਕਿਦੋਂ ਛੱਡਣੀ ਜੇ ਮੇਰੀ ਛੱਡੀ ਫੜਦਾ ਫਿਰਨਾ ਉਹ ਮੈਂ ਕਹਿੰਦਾ ਚਲੋ ਪੰਜਾਂ ਸੱਤਾਂ 'ਚੋਂ ਇੱਕ ਤਾਂ ਸਹੀ ਨਿਕਲੇਗੀ ਨਾ ਲੇਕਿਨ ਨਹੀਂ ਸੁਣਿਆ ਇੱਧਰੋਂ ਨਹੀਂ ਉਹ ਘਰ ਕੋ ਟੋਟਿਆਂ 'ਚ ਵੇਖ ਉਹ ਚੌਧਰੀ ਸਾਹਿਬ ਪਤਾ ਕੀ ਹੈ ਉਹ ਤੁਸੀਂ ਕਰਦੇ ਹੋ ਗੱਲਾਂ ਉਹ ਚੌਧਰੀ ਸਾਹਿਬ ਐਵੇਂ ਲੜਾਈ ਹੋ ਵੀ ਘਰ ਦੇ ਵਿੱਚ ਨਾ ਕਦੀ ਮਸਾਲਾ ਤੇਜ਼ ਕਦੀ ਮਿਰਚਾਂ ਤੇਜ਼ ਸਹੀ ਮੈਂ ਇੱਕ ਦਿਨ ਉਹਨੂੰ ਕਿਹਾ ਮੈਂ ਕਿਹਾ ਜੇ ਕੱਲ੍ਹ ਹੋਈਆਂ ਮਿਰਚਾਂ ਤੇਜ਼ ਤੇ ਤੇਰੀ ਮੇਰੀ ਲੜਾਈ ਹੋਣੀ ਆ ਸਹੀ ਹੈ ਬਣਦਾ ਵੀ ਅਗਲੇ ਦਿਨ ਮੈਂ ਪੈਲੀਆਂ 'ਚੋਂ ਵਾਪਸ ਗਿਆ ਅੱਛਾ ਉਹਨੇ ਵੀ ਇੱਕ ਬੰਦਾ ਬੁਲਾਇਆ ਸੀ ਉਹਦੀ ਵੀ ਵਾਕਫੀਅਤ ਹੈ ਸੀ ਤੂੰ ਸਹੀ ਚੌਧਰੀ ਹੈ ਵੀ ਚੌਰੀ ਕੁਰਬਾਨ ਬੋਲਣ ਅੱਛਾ ਉਹ ਕਹਿੰਦਾ ਕਿਹੜਾ ਕੁਰਬਾਨ ਮੈਨੂੰ ਚੜਿਆ ਗੁੱਸਾ ਫਿਰ ਮੈਂ ਕੰਧ ਟੱਪ ਕੇ ਅੰਦਰ ਗਿਆ ਸਹੀ ਤੇਰਾ ਬਣਦਾ ਸੀ ਮੰਜੀ ਤੇ ਬੈਠੇ ਹਨ ਅੱਛਾ ਮੈਂ ਕਿਹਾ ਮੇਰੀ ਇੱਜ਼ਤ ਮੇਰੀ ਗੈਰਤ ਦੇ ਕੋਲ ਕਿਉਂ ਬੈਠਾ ਅੱਗੋਂ ਕਹਿੰਦਾ ਬੈਠਾ ਜੋ ਹੁੰਦਾ ਹੀ ਕਰ ਲੈ ਉਹ ਤੈਨੂੰ ਕਹਤਾ ਆ ਕੀ ਕਹਿੰਦਾ ਬੈਠਾ ਜੋ ਹੁੰਦਾ ਹੀ ਕਰ ਲੈ ਇੱਥੇ ਬੈਠਾ ਕਿ ਲੈ ਛੁੱਟੀ ਸੀ ਇਤਵਾਰ ਵਾਲੇ ਦਿਨ ਉਹ ਆ ਗਿਆ ਆ ਕੇ ਕਹਿੰਦਾ ਉਹ ਮੇਰੀ ਭੈਣ ਦੇ ਘਰ ਮਹਿਮਾਨ ਆਇਆ ਤੂੰ ਉਹਦੇ ਨੇ ਬਦਤਮੀਜ਼ੀ ਕੀਤੀ ਹੈ ਅੱਛਾ ਮੈਂ ਕਿਹਾ ਮੇਰੀ ਇੱਜ਼ਤ ਮੇਰੀ ਗੈਰਤ ਕੋਲ ਬੰਦਾ ਗੈਰ ਬੈਠਾ ਹੋਇਆ ਹਾਏ 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 ਬੰਦੇ ਨੂੰ ਗੁੱਸਾ ਨਹੀਂ ਚੜੇਗਾ ਚੜਦਾ ਜਨਾਬ ਗੁੱਸਾ ਚੜਦਾ ਉਹ ਕਹਿੰਦਾ ਤੂੰ ਮੇਰੇ ਕੋਲ ਛੁਰੀਆਂ ਖਾ ਲੈਣੀਆਂ ਤੈਨੂੰ ਕਹਤਾ ਆ ਕੀ ਕਹਿੰਦਾ ਤੂੰ ਮੇਰੇ ਕੋਲ ਛੁਰੀਆਂ ਖਾ ਲੈਣੀਆਂ ਛੁਰੀਆਂ ਮਾਰ ਛੁਰੀਆਂ ਮਾਰ ਛੁਰੀਆਂ ਮਾਰ ਭਾਬੀ ਤੇ ਪਤਾ ਨੀ ਪੂਰਾ ਮਹੀਨਾ ਖੱਜਣ ਹੁੰਦੀ ਰਹੀ ਹੈ ਇੱਧਰ ਜਾ ਰਹੇ ਚੌਰੀ ਇਤਵਾਰ ਜੁਮੇ ਰਾਤ ਬੈਠ ਚੌਰੀ ਅੱਜ ਪਹਿਲਾ ਬੰਦਾ ਤੂੰ ਮਿਲਿਆ ਜਿਹੜਾ ਦਿਲ ਦੀ ਗੱਲ ਸੁਣਾਉਂਦਾ
ਉਹ ਪੀਰ ਵਾਲੇ ਦਿਨ ਮੇਰਾ ਸਹੁਰਾ ਨਹੀਂ ਆ ਗਿਆ, ਉਹ ਆ ਕੇ ਕਹਿੰਦਾ ਚੋਰੀ ਸਾਹਿਬ ਸੁਣਨ ਦੇ, ਉਹ ਆ ਕੇ ਕਹਿੰਦਾ ਨਹੀਂ ਡਿਆ ਮੈਂ ਮਰਿਆ ਤੇ ਨਹੀਂ, ਉਹ ਆ ਕੇ ਕਹਿੰਦਾ ਤੂੰ ਮੇਰੇ ਮੁੰਡੇ ਨੇ ਬਦਤਮੀਜ਼ੀ ਕੀਤੀ ਉਹਨੂੰ ਛਿੱਤਰ ਮਾਰੇ ਨੇ। ਮੈਂ ਕਿਹਾ ਉਹ ਕਹਿੰਦਾ ਅਸੀਂ ਛੁਰੀਆਂ ਖਾਣੀਆਂ ਨੇ। ਇਹ ਗੱਲ ਅੱਬਾ ਜੀ ਤੁਸੀਂ ਵਧੇਰੇ ਬੰਦੇ, ਤੁਸੀਂ ਦੱਸੋ। ਕਹਿੰਦਾ ਉਹ ਛੁਰੀਆਂ ਦੀ ਗੱਲ ਕਰਦਾ, ਤੈਨੂੰ ਤਾਂ ਗੋਲੀ ਵੱਜਣੀ ਚਾਹੀਦੀ। ਕੀ ਕਹਿੰਦਾ ਉਹ ਮੇਰਾ ਸਹੁਰਾ ਕਹਿੰਦਾ ਤੈਨੂੰ ਤਾਂ ਗੋਲੀ ਵੱਜਣੀ ਚਾਹੀਦੀ। ਹਾਂ ਉਹ ਕੀ ਕਹਿੰਦਾ ਉਹ ਅੱਗੋਂ ਬੋਲੇ ਬੂਲੇ ਨਾ ਤੇ ਘੂਰ ਘੂਰ ਵੇਖੀ ਜਾਏ ਮੇਰੇ ਨਾਲ। ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਬਜ਼ੁਰਗ ਪਿਓ ਏ ਘੂਰ ਘੂਰ ਨਾ ਵੇਖ, ਉਹਨੇ ਮੂੰਹ ਪਰਾਂ ਨਹੀਂ ਕਰ ਲਿਆ। ਉਹ ਨਾ ਕੋਈ ਦੱਸੇ ਨਾ ਬੋਲੇ ਹੈ ਤੇ ਅੱਗੋਂ ਦੰਦੀਆਂ ਕੱਢੀ ਜਾਏ। ਮੈਂ ਕਿਹਾ ਤੇਰੀ ਧੀ ਦਾ ਮਸਲਾ ਕੋਈ ਦੰਦ ਕੱਢ ਦੇ। ਇਹ ਪੀਰ ਵਾਲੇ ਦਿਨ ਦਾ ਵਾਕਈ ਮੈਂ ਤੈਨੂੰ ਸੁਣਾਉਂਦਾ ਮੰਗਲ ਵਾਲੇ ਦਿਨ ਦਾ। ਮੈਂ ਮੰਗਲ ਵਾਲੇ ਦਿਨ ਟਾਂਗੇ ਚ ਬਹਿ ਗਿਆ, ਟਾਂਗੇ ਵਾਲੇ ਨੂੰ ਮੈਂ ਕਿਹਾ ਇੱਛਰੇ ਜਾਣਾ ਮੈਨੂੰ ਪਾ, ਉਹ ਮੈਨੂੰ ਕਹਿੰਦਾ ਪਿਛਲੀ ਸੀਟ ਤੇ ਬਹਿ ਜਾ। ਮੈਂ ਕਿਹਾ ਅਗਲੀ ਸੀਟ ਖਾਲੀ ਮੈਨੂੰ ਉੱਥੇ ਪਾ, ਮੈਂ ਕਿਰਾਇਆ ਨਹੀਂ ਦੇਣਾ। ਉਹ ਕਹਿੰਦਾ ਭਾਈ ਪਿੱਛੇ ਬਹਿਣਾ ਤੇ ਬਹਿ, ਨਹੀਂ ਤਾਂ ਤੇਰੇ ਕੋਲ ਜੋ ਹੁੰਦਾ ਹੀ ਕਰ ਲੈ। ਟਾਂਗੇ ਵਾਲੇ ਦਿਨ ਜਦੋਂ ਕਿਰਾਇਆ ਦੇਣਾ ਤਾਂ ਫਿਰ ਐਵੇਂ ਹੀ ਨਹੀਂ ਨਹੀਂ ਕਹਿੰਦਾ ਅੱਗੇ ਬਹਿ ਨਹੀਂ, ਤੇਰਾ ਸੀਟ ਵੀ ਖਾਲੀ। ਲੈ ਬਹਿਣ ਕਿਉਂ ਨਹੀਂ ਦੇਣਾ, ਇਹ ਜੋ ਹੁੰਦਾ ਹੀ ਕਰ ਲੈ। ਕਿਉਂ ਨਹੀਂ ਬਹਿਣ ਦੇਣਾ, ਕਿਉਂ ਨਹੀਂ ਬਹਿਣ ਦੇਣਾ, ਮੈਂ ਪੈਸੇ ਨਹੀਂ ਦੇਣਾ, ਕਿਰਾਇਆ ਨਹੀਂ ਦੇਣਾ। ਮੈਂ ਕੀ ਕਰ ਬੈਠਾ, ਮੈਂ ਕਿਰਾਇਆ ਨਹੀਂ ਦੇਣਾ, ਮੈਂ ਪੈਸੇ ਨਹੀਂ ਦੇਣਾ। ਮੈਂ ਕੀ ਕਰ ਬੈਠਾ, ਮੈਂ ਕੀ ਕਿਹਾ ਪੈਸੇ ਨਹੀਂ ਦੇਣਾ ਤੈਨੂੰ, ਅੱਗੇ ਕਿਉਂ ਨਹੀਂ, ਕਿਉਂ ਨਹੀਂ ਬਹਿਣ ਦੇਣਾ। ਉਹ ਮੇਰੀ ਗੱਲ ਸੁਣੋ ਭਾਈ, ਮੈਂ ਕਿ ਸੀਟ ਟੁੱਕ ਦਿੰਦਾ, ਉਹ ਤੂੰ ਟਾਂਗਾ ਲੈ ਜਾ, ਮੈਂ ਹੋਰ ਕਿਸੇ ਸ਼ਹਿਰ ਤੇ ਬਹਿ ਕੇ ਆ ਜਾਣਾ। ਲੈ ਜਾ ਅਜੇ ਦਿਨਾਂ ਤੋਂ ਸ਼ੁਰੂ, ਫਿਰ ਮਹੀਨੇ ਹੋਣੇ ਜਨਵਰੀ ਫਰਵਰੀ ਮਾਰਚ ਅਪ੍ਰੈਲ, ਬਹੁਤ ਵਾਲੇ ਦਿਨ ਬਹਿ ਗਿਆ ਮੈਂ ਲਾਰੀ 'ਚ। ਲਾਰੀ ਮੀਨਸ ਬੱਸ, ਸਮਝਦਾ ਨਾ। ਉਹ ਠਹਿਰ ਜਾ ਇਕੱਠੀ ਕਰ ਲਈ। ਬੱਸ 'ਚ ਮੈਂ ਬੈਠਾ, ਮੇਰੇ ਨਾਲ ਸਟੂਡੈਂਟ ਮੁੰਡਾ ਨੀ ਸੀਟ 'ਤੇ ਬਹਿ ਗਿਆ। ਕੰਡਕਟਰ ਮੈਨੂੰ ਕਹਿੰਦਾ ਭਾਈ ਸਾਹਿਬ ਕਿਰਾਇਆ ਦਿਓ। ਮੈਂ ਤਾਂ ਕਿਰਾਇਆ ਦੇਣਾ ਹੀ ਦੇਣਾ ਸੀ, ਸਟੂਡੈਂਟ ਭਾਈ ਉਹਨਾਂ ਦੀ ਭਲੀ ਪੁੱਛ, ਉਹਨਾਂ ਨੂੰ ਕਾਹਦਾ ਡਰ। ਕੰਡਕਟਰ ਕਹਿੰਦਾ ਜੀ ਕਿਰਾਇਆ ਕੱਢੋ। ਸਟੂਡੈਂਟ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਕੌਣ। ਕਹਿੰਦਾ ਕੌਣ ਹੈ? ਕਹਿੰਦਾ ਸਟੂਡੈਂਟ। ਉਹ ਕਹਿੰਦਾ ਕਿਰਾਇਆ ਕੱਢ। ਉਹ ਕਹਿੰਦਾ ਨਹੀਂ ਦੇਣਾ ਕਿਰਾਇਆ। ਉਹ ਸਟੂਡੈਂਟ ਕਹਿੰਦਾ ਜੋ ਹੁੰਦਾ ਤੂੰ ਕਰ ਲੈ। ਕੀ ਕਹਿੰਦਾ? ਮੈਂ ਜਿਹੜਾ ਹਿਸਾਬ ਲਾਇਆ ਨਾ ਜੀ, ਕਿਸੇ ਦੀ ਲੜਾਈ 'ਚ ਆਉਣਾ ਹੀ ਨਹੀਂ ਚਾਹੀਦਾ। ਜੋ ਹੁੰਦਾ ਕਰ ਲੈ। ਮੈਂ ਕੌਣ? ਤੂੰ ਸਟੂਡੈਂਟ ਹੈਂ? ਕਿਸੇ ਵੀ ਨਹੀਂ ਮੰਨਣਾ, ਮੇਰੀ ਉਮਰ ਬਹੁਤ ਹੋ ਗਈ। ਉਹ ਤੂੰ ਫਿਲਮੀ ਸਟੂਡੈਂਟ ਆ, ਫਿਲਮਾਂ 'ਚ ਏਡੇ ਏਡੇ ਹੀ ਹੁੰਦੇ ਨੇ। ਤੂੰ ਕਹਿਣਾ ਮੈਂ ਨਹੀਂ ਕਿਰਾਇਆ ਦਿੰਦਾ ਹੈ, ਓਏ ਹੈ, ਤੂੰ ਕਹਿਣਾ ਮੈਂ ਨਹੀਂ ਦਿੰਦਾ ਕਿਰਾਇਆ। ਕਹਿੰਦਾ ਮੈਂ ਨਹੀਂ ਦਿੰਦਾ, ਜੋ ਹੁੰਦਾ ਹੀ ਕਰ ਲੈ। ਨਹੀਂ ਯਾਰ ਮੈਂ ਨਹੀਂ ਖੇਡਣਾ। ਸਟੂਡੈਂਟ ਨਾ ਕਿਰਾਇਆ ਦੇਵੇ ਨਾ ਅੱਗੋਂ ਗੱਲ ਕਰੇ। ਹਾਂਜੀ, ਕਿੰਨੀ ਕੁ ਦੇਰ ਬਰਦਾਸ਼ਤ ਹੁੰਦਾ? ਕੰਡਕਟਰ ਨੂੰ ਫਿਰ ਗੁੱਸਾ ਚੜ ਗਿਆ। ਭਾਈ ਸਾਹਿਬ ਮੈਂ ਤਾਂ ਕੁਛ ਕਹਿ ਨਾ, ਤੂੰ ਬੋਲਣਾ ਨਾ, ਕਿਰਾਇਆ ਦੇਣਾ ਤੇਰੇ ਪਿਓ ਦੀ ਬੱਸ, ਪਿਓ ਦੀ ਗੱਡੀ, ਪਿਓ ਦੀ ਗੱਡੀ, ਪਿਓ ਦੀ ਗੱਡੀ, ਕਿਰਾਇਆ ਕਰ। ਮੈਂ ਤਾਂ ਕੁਛ ਕਹਿ ਕਿਰਾਇਆ ਕਿਰਾਇਆ ਨਹੀਂ ਲੈ, ਕਿਰਾਇਆ ਨਹੀਂ, ਕਿਰਾਇਆ ਨਹੀਂ ਲੈ ਯਾਰ ਵਾਲਾ ਫੜ। ਫੈਸਲਾਬਾਦ ਦੀ ਤੇ ਤੂੰ ਮੁਲਤਾਨ ਦੀਆਂ ਸਵਾਰੀਆਂ ਕਿਉਂ ਬਿਠਾਉਣ ਲਿਆ?
ਲੱਸੀ ਪਾ ਲਈ ਕਹਿੰਦਾ ਮੈਂ ਨੀਟ ਨਹੀਂ ਪੀਂਦਾ।
अज तो बाद में रोटी नहीं खानी। वेरी गुड। जूस मंगा दो जूस। रोटी खाने की देखो जगह नहीं, जूस जेब च पाना ही है। ਕੰਜੇ ਤੇ ਮੈਂ ਮਾਰ ਦੇਣਾ ਹੀ ਅੱਛਾ ਜੀ ਵੇ ਇਹਨੂੰ ਕੋਸੇ ਪਾਣੀ ਨਾਲ ਫੱਕੀ ਖਵਾ ਬੀਬੀ ਜੀ ਫੱਕੀ ਦੀ ਜਗ੍ਹਾ ਹੁੰਦੀ ਤੇ ਹੋਰ ਰੋਟੀ ਨਾ ਖਾ ਲੈਂਦਾ ਓਏ ਇੱਥੇ ਤੱਕ ਭਰਿਆ ਪਿਆ ਜੀ ਇਤਰਾ ਮੇਰੀ ਗੱਲ ਸੁਣ ਮੈਂ ਨਹੀਂ ਤੇ ਬਚਣਾ ਚਲ ਠੀਕ ਹੈ ਯਾਰ ਓਏ ਕਸਟਰਡ ਨੇ ਬਣਵਾ ਲਓ ਤੇ ਥੋੜਾ ਜਿਹਾ ਕਸਟਰਡ ਨਹੀਂ ਹਲੇ ਜੈਲੀ ਜਮੀ ਹੈ ਇਹ ਖਾ ਬਈ ਓਏ ਮੇਰੀ ਗੱਲ ਸੁਣ ਇਤਰਾ ਵੇ ਉਹ ਚੌਧਰੀ ਸਾਹਿਬ ਤਲਵਾਰਾਂ ਨਿਕਲ ਆਉਣੀਆਂ ਨੇ ਮਰ ਗਿਆ ਟਾਈਮ ਵੀ ਹੋ ਗਿਆ ਬਸ਼ੀਰ ਮੱਛੀ ਵਾਲਾ ਬੈਠਾ ਹੁਣ ਹਾਲੇ ਮੈਂ ਨਾਲਾ ਦੀ ਵੀ
ਮੈਂ ਤੁਹਾਡੀ ਧੌਣਾ ਵੱਢ ਦਿਆਂਗਾ ਜੇ ਮੇਰੀ ਗੱਲ 'ਚ ਕੋ ਬੋਲਿਆ। ਮੁਬਾਰਕ ਮੁਬਾਰਕ ਮਰ ਗਿਆ ਚੌਧਰੀ, ਆਏ ਮੈਂ ਮਰ ਗਿਆ, ਉਹ ਮੇਰੀ ਲੱਤ ਟੁੱਟ ਗਈ ਹੈ ਚੌਧਰੀ। ਉਹ ਕੀ ਆਇਆ ਹੈ? ਉਹ ਮੇਰੀ ਲੱਤ ਟੁੱਟ ਗਈ ਹੈ। ਗੱਡੀ ਥੱਲੇ ਆ ਗਈ, ਗੱਡੀ ਥੱਲੇ ਆਇਆ, ਰੋਣਾ ਤੇਰਾ ਨਿਕਲ ਗਿਆ। ਉਹਨੇ ਤਾਂ ਠੀਕ ਹੋ ਜਾਣਾ ਸੀ, ਆਪਾਂ ਤੇ ਬਿੱਲੀ ਭੇੜ ਲਾ। ਗੱਡੀ ਹੈ ਨੀ, ਮੋਟਰਸਾਈਕਲ ਕਹਿੰਦੀ ਗੱਡੀ ਕਹਿਣਾ। ਸੱਚੀ ਜ਼ਾਤ ਤੋਂ ਭੁੱਲ ਗਿਆ
ਗੱਲ ਤੁਹਾਡੀ ਬਿਲਕੁਲ ਠੀਕ ਹੈ ਚੌਰੀ ਸਾਹਿਬ, ਲੇਕਿਨ ਵੱਡਿਆਂ ਦਾ ਕੰਮ ਹੈ ਕਿ ਛੋਟਿਆਂ ਨੂੰ ਮਾਫ਼ ਕਰ ਦੇਣਾ, ਤੁਸੀਂ ਵੀ ਮਾਫ਼ ਕਰ ਦਿਓ। ਖੁਸ਼ੀ ਬੇਟਾ, ਇਨਕੀ ਹਰ ਖੁਸ਼ੀ ਮੇਂ ਹੀ ਹਮਾਰੀ ਖੁਸ਼ੀ। ਵੈਸੇ ਆਪਨੇ ਮੁਝੇ ਕੈਸੇ ਯਾਦ ਕੀਆ? ਰਾਜੀ, ਅਸੀਂ ਇੱਕ ਮੁਸੀਬਤ ਵਿੱਚ ਹੈਗੇ ਆ। ਚੌਧਰੀ ਸਾਹਿਬ ਨੈਲਾ ਦੀ ਸ਼ਾਦੀ ਇੱਕ ਅਜੀਬ ਖਲਕਤ ਇਨਸਾਨ ਨਾਲ ਕਰਨਾ ਚਾਹੁੰਦੇ ਨੇ। ਹਾਂਜੀ, ਉਹ ਇਨਸਾਨ ਨਹੀਂ ਜੀ, ਉਹਨੇ ਇਨਸਾਨ ਹੋਣ ਦਾ ਦਾਅਵਾ ਕੀਤਾ, ਅਜੇ ਕਾਗਜ਼ ਜਮ੍ਹਾਂ ਕਰਾਏ ਨੇ, ਅਜੇ ਉੱਧਰੋਂ ਵੀ ਕੋਈ ਰਿਜ਼ਲਟ ਨਹੀਂ ਆਇਆ। ਆਹੋ, ਉਹ ਨੈਲਾ ਨੇ ਇਨਕਾਰ ਕਰ ਦਿੱਤਾ, ਹੁਣ ਇੱਥੇ ਤਲਵਾਰਾਂ ਨਿਕਲ ਆਉਣੀਆਂ ਜੀ। ਬਲਕਿ ਜੀ, ਹਿੰਦੂ ਮੁਸਲਮਾਨ ਫਸਾਦ ਆਦਿ ਸ਼ੁਰੂ ਹੋਣ ਵਾਲੇ ਨੇ। ਮੈਂ ਤਾਂ ਮੁਸਲਮਾਨ ਨਾਲ ਹੋਵਾਂਗਾ, ਬੰਦਾ ਖੁੱਲ੍ਹ ਕੇ ਨਾਰੇ ਤੇ ਲਾ ਸਕਦਾ ਲਿਹਾਦਰ। ਬੇਟੀ, ਨੈਲਾ ਔਰ ਵਸੀਮ ਇੱਕ ਦੂਸਰੇ ਕੋ ਬੱਚੋਂ ਕੇ ਇਸ਼ਾਰੋਂ ਕੋ ਸਮਝਤਾ ਹੂੰ ਭਾਭੀ। ਸਾਨੂੰ ਤੁਹਾਡੀ ਬੜੀ ਜ਼ਰੂਰਤ ਪੈਣੀ ਜੀ। ਜੀ, ਮੈਂ ਹਾਜ਼ਰ ਹੂੰ, ਹਾਲਾਂਕਿ ਵਸੀਮ ਕੇ ਬਹੁਤ ਸੇ ਰਿਸ਼ਤੇ ਆ ਰਹੇ ਹੈ, ਮਗਰ ਅੱਲਾ ਤੁਹਾਨੂੰ ਖੁਸ਼ ਰੱਖੇ। ਚੌਰੀ ਸਾਹਿਬ, ਤੁਹਾਨੂੰ ਚਾਹ ਪਿਆਉਂਦੇ, ਲੇਕਿਨ ਲੜਾਈ ਇੰਨੀ ਹੋਈ ਹੈ ਕਿ ਭਾਂਡੇ ਨਹੀਂ ਲੱਭਣ ਡੇ। ਅਬ ਚੌਧਰੀ ਬੰਦੇ ਨੂੰ ਸ਼ਾਪਰ ਚ ਚਾਹ ਪਾ ਕੇ ਤੁਹਾਨੂੰ ਫੜਾਉਂਦੇ, ਵੈਸੇ ਚੰਗੇ ਨਹੀਂ ਲੱਗਦੇ। ਆਪਣਾ ਹੀ ਘਰ ਹੈ ਖੁਸ਼ੀਆ, ਕੱਲਾ ਖੁਸ਼ੀਆ ਕਹਿ ਕੇ ਮੇਰਾ ਦਿਲ ਤੋੜ ਛੱਡਿਆ ਹੀ ਨਾ। ਮਾਫੀ ਚਾਹਤਾ ਹੂੰ ਬੇਟਾ ਖੁਸ਼ੀ। ਹਾਂਜੀ ਬੇਟਾ, ਕਹੋ ਨਾ। ਮੈਂ ਕਿਹਾ ਜੀ, ਬੜੇ ਨਿਸ਼ਾਨ ਲਾਏ ਨੇ, ਸੋਟੀ ਚੂਪਦੇ ਹੋ। ਇਜਾਜ਼ਤ ਭਾਬੀ ਜਾਨ, ਖੁਦਾ ਹਾਫਿਜ਼। ਅੱਲਾ ਹਾਫਿਜ਼। ਚੌਧਰੀ ਸਾਹਿਬ, ਤੁਹਾਡਾ ਆਪਣਾ ਘਰ ਹੈ, ਰੋਜ਼ ਨਾ ਆ ਜਾਇਆ ਕਰੋ। ਪਾਪੀ 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 ਚੂਲਾ। ਵੱਡੇ ਨਹੀਂ, ਉਹਨਾਂ ਦਾ ਸਿਰਫ ਮੂੰਹ ਵੱਡਾ ਹੈ। ਚੁੱਪ ਕਰ ਜਾ, ਖਬਰਦਾਰ ਕੋਈ ਹੁਣ ਗੱਲ ਕੀਤੀ ਤੂੰ। ਮੈਂ ਅੰਦਰ ਚੱਲੀ ਆ, ਚਾਹ ਬਣਾ ਕੇ ਲਿਆ। ਚਾਹ ਬੜੀ ਪੀਂਦੇ ਹੋ, ਪਤਾ ਨਹੀਂ ਅੰਦਰ ਸ਼ਾਇਰੀ ਕਰ ਆ ਜਾਂਦੀ। ਚਾਹ ਜੀ ਜਾਓ, ਆਹ ਵੱਡੇ ਲੋਟੇ ਜੀ ਬਣਾ ਕੇ ਦਿੰਦਾ ਚਾਹ, ਰੱਜ ਰੱਜ ਪੀਂਦੇ ਰਹਿਣਾ। ਲਓ ਜੀ, ਕੁੱਕੜ ਦਾ ਕੁੱਕੜ ਦੀ ਲੜਾਈ ਵੇਖੀ ਹੋਣੀ ਤੁਸੀਂ, ਪਰ ਕੁੱਤੇ ਦਾ ਕੁੱਕੜ ਦੀ ਲੜਾਈ ਨਹੀਂ ਵੇਖੀ ਹੋਣੀ। ਅੱਛਾ ਜੀ, ਮੈਂ ਤਾਬਲੀ ਭੂੰਡ ਨੂੰ ਮੈਂ ਕੁੱਤੇ ਪਿੱਛੇ ਭੱਜਦਾ ਵੇਖਿਆ, ਕੁੱਤੇ ਨੂੰ ਉਹਦੇ ਪਿੱਛੇ ਭੱਜਦਾ ਵੇਖਿਆ, ਲੇਕਿਨ ਕੁੱਤੇ ਤੇ ਕੁੱਕੜ ਦੀ ਲੜਾਈ ਮੈਂ ਨਹੀਂ ਵੇਖੀ। ਲਓ, ਸਾਡਾ ਕੁੱਕੜ ਇੱਧਰ ਆਓ, ਤੁਸੀਂ ਕੱਲ੍ਹ ਇੱਧਰ ਬੈਠੇ ਸੀ। ਅੱਛਾ, ਕੁੱਕੜ ਮੇਰਾ ਲੈ ਗਿਆ ਚੌਰੀ ਆਸ਼ਿਕ। ਅੱਛਾ, ਸ਼ਾਹਕੋਟ ਵਾਲਾ? ਹਾਂਜੀ, ਮੇਰੇ ਸਾਹਮਣੇ ਦਾ ਵਾਕਿਆ। ਆਪਣੇ ਕੁੱਤੇ ਨਾਲ ਮੇਰਾ ਕੁੱਕੜ ਛੱਡਿਆ ਉਹਨੇ। ਅੱਛਾ, ਮੇਰੇ ਕੁੱਕੜ ਨੇ ਚਪੱਟਾ ਮਾਰ ਕੇ ਕੁੱਤੇ ਦੀਆਂ ਅੱਖਾਂ ਕੱਢ ਕੇ ਉਹਦੇ ਪੈਰਾਂ 'ਚ ਸੁੱਟ ਦੀਆਂ। ਵਾਹ, ਕਮਾਲ। ਗੱਲ ਸੁਣੋ ਭਾਈ ਚੌਧਰੀ, ਓਨੀ ਗੱਲ ਸੁਣਾ ਜਿੰਨੀ ਬਰਦਾਸ਼ਤ ਹੋ ਜਾਏ। ਤੇ ਸਹੀ ਨਹੀਂ ਹੈ, ਅੱਗੇ ਤੈਨੂੰ ਚੌਧਰੀ ਮੰਨੇ ਬੈਠੇ ਆ, ਘੱਟ ਬਰਦਾਸ਼ਤ ਕਰ। ਲਿਆਵਾ ਕੁੱਕੜ, ਕਿਹੜਾ ਕੁੱਕੜ? ਹੋਇਆ
ਲੱਤ ਵੱਜ ਕੇ ਬਿੱਠਾ ਇੱਧਰ ਹੁੰਦੀਆਂ ਨੀ ਨਹੀਂ ਉਹ ਮਾਰ ਕੇ ਘੁੰਮ ਗਿਆ ਸੀ ਹਾਏ ਮਾਂ ਇਹਦੀ ਕੁਕੜੀ ਅਸ਼ੀਦਾਂ ਕੁਕੜੀ ਹਾਏ ਬੜੀ ਨੇਕ ਔਰ ਨੇਕ ਕੁਕੜੀ ਬੜੀ ਨੇਕ ਸੀ ਜੀ ਕੀ ਕਰਦੀ ਸੀ ਕੀ ਦੱਸਣਾ ਗਲੀ ਚੋਂ ਲੰਘਣਾ ਚੂਚਿਆਂ ਨੂੰ ਪੜਾਉਂਦੀ ਸੀ ਐਡੀ ਨੇਕ ਕੁਕੜੀ ਇਹਦੀ ਮਾਂ ਹਾਏ ਕਦੀ ਨਾ ਰੂੜੀ ਤੇ ਵਿੱਠ ਕਰਨੀ ਲੋਕ ਲਗਾ ਕੇ ਕਰ ਲੈਣੀ ਮੈਂ ਕਹਿੰਦਾ ਜੀ ਇਹ ਤੇ ਆਪ ਜਿਹੜੀ ਗਲੀ ਚੋਂ ਲੰਘ ਜਾਣਾ ਇਹਨੇ ਹਾਏ ਅਗਲੀ ਦਿਨ ਉਸ ਗਲੀ ਦੀਆਂ ਕੁਕੜੀ ਪੈਂਟਾਂ ਪਾ ਲੈਣੀਆਂ ਅੱਛਾ ਤੂੰ ਛੋਟੇ ਮੂੰਹ ਵਾਲਾ ਲੈ ਆ ਤੇਰੇ ਕੋਲ ਘਰ ਕੁੱਕੜ ਹੁੰਦਾ ਤੂੰ ਇੱਥੇ ਆਉਣਾ ਸੀ ਕਿਧਰੇ ਘਰ ਬੈਠੇ ਨਾ ਮੇਰਾ ਪੁੱਤਰ ਧੀਆਂ ਭੈਣਾਂ ਵੀ ਬੈਠੀਆਂ ਨੇ ਹਯਾ ਕਰ ਸਾਰਾ ਲਾਹੌਰ ਠੀਕ ਹੋ ਗਿਆ ਤੂੰ ਚਵਲ ਦਾ ਚਵਲ ਹੀ ਆ ਐਵੇਂ ਕੱਲੇ ਤੈਨੂੰ ਹੀ ਮੌਤਾਂ ਪਈਆਂ ਬਸ ਕਰ ਦੇ ਅਜੇ ਮੈਂ ਛੱਡ ਦੇ ਲੈ ਪਜਾਮਾ ਧਵਾਨਾ ਯਾਰ ਕੀ ਕੁੱਕੜ ਮਰ ਗਿਆ ਕੁੱਕੜ ਓਏ ਛੋਟੇ ਮੂੰਹ ਵਾਲਾ ਕੋਈ ਨਾ ਰੋਏ ਤੂੰ ਕੱਲਾ ਹੀ ਰੋ ਯਾਰ ਓਏ ਬਿਲਵੇਸ ਓਏ ਮੈਂ ਤੇ ਦੁੱਖ ਕਰਨ ਦੇ ਆ ਲਾਹੌਰ ਮਰਿਆ ਹਾਏ ਕੁਛ ਨਾ ਲੈ ਹੁੰਦਾ ਮਰਨ ਤੋਂ ਪਹਿਲੇ ਵਿੱਚ ਕਿਸੇ ਟੀਂਡੇ ਪਾ ਲੈਣੇ ਹਨ ਓਏ ਕੁਛ ਨਾ ਲੈ ਦੇ ਤੇ ਗੋਸ਼ਤ ਦੇ ਇੰਨੇ ਵੈਰੀ ਨੇ ਉੱਥੋਂ ਤੇ ਡਰਦੇ ਖੋਤੇ ਨੱਸ ਗਏ ਨਹੀਂ ਯਕੀਨ ਤੇ ਇਹਨੂੰ ਪੁੱਛ ਲਓ ਕਿੰਨੀ ਦੇਰ ਹੋ ਗਈ ਤੈਨੂੰ ਆਏ ਨੂੰ ਉਹ ਤੂੰ ਗੋਤਿਆਂ ਦੀ ਗੱਲ ਕਰ ਲਿਆ ਉੱਥੋਂ ਤੇ ਡਰਦੇ ਦਰਖਤਾਂ ਤੋਂ ਕਾਂ ਉੱਡ ਗਏ ਨੇ ਉਹ ਕਿਵੇਂ ਪੁੱਛ ਲੈ ਭਾਰੀ ਕਦੋਂ ਦੇ ਆਏ ਹੋ ਉਹਦੀ ਇਹਦੇ ਨਾਲ
अंडरस्टैंडिंग सी। चोरी फड़ ले आखरी केला सार। ओ भाई ओ तू ही मर रहे ना मर जा ਸਾਡੇ ਕੋਲ ਰੋਜ਼ ਕਬਰ ਚ ਥੋੜਾ ਜਿਹਾ ਪਾਣੀ ਛੱਡ ਲੈਣਾ ਕਿਉਂ ਉਹ ਬੰਦੇ ਬਹੁਤ ਨੇ ਤੇਰਾ ਮਈਤ ਸ਼ੋਰੇ ਵਾਲੀ ਹੋ ਜਾਏਗੀ ਆਏ 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 ਮੌਸਮ ਰੰਗੀਲੇ ਸਵਾਏ ਓ ਜਲਦੀ ਆ ਜੀ ਉਹਨੂੰ ਇਹ ਮੁੱਕ ਜਾ ਤੇਰੇ ਲਈ ਬਚਿਆ ਹੀ ਨਾ ਰੋਵੋ ਨਾ ਬੀਬੀ ਜੀ ਰੋਵੋ ਨਾ ਬਸ ਬਰਦਾਸ਼ਤ ਕਰੋ ਤੇ ਫਿਲਮ ਲਾ ਲਓ जवान 17-18 साल पहले कलेजी पट नहीं कम तो आया हाँ। आके मां नूं कहिंदा मैं रोटी पकाई है ਕਹਿੰਦੀ ਅਜੇ ਨਹੀਂ ਪਕਾਈ ਕਹਿੰਦਾ ਰਹਿਣ ਦਿਓ ਨਸੀਬਾਂ ਜੀ ਨਹੀਂ ਸੀ ਪਰ ਜਿੰਨਾ ਪਿਆਰਾ ਪਾਣੀ ਲਿਖਿਆ ਹੋਵੇ ਕਹਿੰਦਾ ਦੁੱਧ ਦਾ ਇੱਕ ਗਲਾਸ ਦੇ ਦਿਓ ਮੈਨੂੰ ਦੁੱਧ ਦਾ ਘੁੱਟ ਭਰਿਆ ਕੁੱਲ ਬਾਕੀ ਫੜਾ ਦਿੱਤਾ ਕਹਿੰਦਾ ਇਹਦੇ ਚੀਨੀ ਖੋਰ ਕੇ ਦਿਓ ਚੀਨੀ ਚੀਨੀ ਬਹਾਨੇ ਬਣਾਉਣ ਲਈ ਚੀਨੀ ਖੋਰ ਕੇ ਉਹਨੇ ਦਿੱਤੀ ਹੈ ਪੂਰਾ ਗਲਾਸ ਪੀ ਗਿਆ ਤੇ ਕਹਿੰਦਾ ਟੀਵੀ ਬੰਦ ਕਰ ਦਿਓ ਜਿਵੇਂ ਦਿਲ ਨੂੰ ਕੋਈ ਸ਼ਾਇਦ ਚੰਗੀ ਨਹੀਂ ਨਾ ਲੱਗਦੀ ਕਹਿੰਦਾ ਜੀ ਆਖਰੀ ਗੱਲਾਂ ਕਹਿੰਦਾ ਟੀਵੀ ਬੰਦ ਕਰ ਦੋ ਟੀਵੀ ਬੰਦ ਕਰ ਦਿੱਤਾ ਤੇ ਸੌਂ ਗਿਆ ਸਵੇਰ ਸਾਰੇ ਉੱਠੇ ਨੇ ਦੂਜੇ ਭਰਾਵਾਂ ਨੇ ਠਾਇਆ ਪਰ ਕਿੱਥੋਂ ਕਿੱਥੋਂ ਜਦੋਂ ਗਰੰਟੀ ਮੋਕਿਆ ਜਿਹੜਾ ਕਿੱਥੋਂ ਉੱਠਣਾ ਹਾਏ ਨਹੀਂ ਉੱਠਿਆ ਮਾਂ ਨੇ ਆ ਕੇ ਕਿਹਾ ਸਦੀਕ ਤੇ ਉੱਠ ਕੇ ਬਹਿ ਗਿਆ ਵਾਹ ਵਾਹ ਕੁੱਕੜ ਦੀਆਂ ਤੇ ਯਾਦਾਂ ਹੀ ਰਹਿ ਗਈਆਂ ਹਾਏ ਖਾਂਬੇ ਰਹਿ ਗਏ ਕੇ ਮਾਂ ਕਹਿੰਦਾ ਕੀ ਬਾਤ ਤੇਰਾ ਚੌਧਰੀ ਸਾਹਿਬ ਕੀ ਹੋ ਗਿਆ ਹਾਏ ਲੈ ਜਾ ਪਰੇ ਪਾਣੀ ਪਾਣੀ ਚੰਗੇ ਲੱਗਦੇ ਨੇ ਜਵਾਨ ਕੁੱਕੜ ਬਹੁਤ ਹੋਇਆ 250-300 ਦੀ ਫੌਤਗੀ ਹੋਈ ਹੈ 25 ਰੁਪਏ ਦਾ ਬਾਜਰਾ ਵੀ ਪਾਇਆ ਨਸੀਬ ਵੇਖੋ ਮਰਿਆ ਤੇ ਕੁੱਤੇ ਨੇ ਖਾਧਾ ਜਿਉਂਦਾ ਹੁੰਦਾ ਫਿਰ ਵੀ ਕੁੱਤੇ ਹੀ ਖਾਣਾ ਉਹਨੂੰ ਬਦਦੁਆ ਲੱਗੀ ਹੈ ਤੈਨੂੰ ਕੁੱਤੇ ਖਾਣ ਚੱਲ ਪੀ ਲੈ ਪਾਣੀ ਲੈ ਜਾ ਪਰੇ ਪਾਣੀ ਨਹੀਂ ਲੱਗਦਾ ਪਤਾ ਨਹੀਂ ਇੱਥੇ ਛਾਪਰ ਫਸਿਆ ਕੀ ਹੋਇਆ ਪਾਣੀ ਨਹੀਂ ਲੰਘਦਾ ਚੋਰੀ ਤੇ ਪਾਣੀ 'ਚ ਤੇਲ ਪਾ ਲੈ ਇਹਨਾਂ ਗੱਲਾਂ ਤੋਂ ਤੇਰੇ ਕੁੱਕੜ ਮਾਰਦੇ ਨੇ ਚੋਰੀ ਇਹ ਕੁੜੀਏ ਇਹ ਮੈਨੂੰ ਪਾਣੀ ਦੇਵੇਂਗੀ ਨਾ ਹਾਂਜੀ ਤੇ ਪਾਣੀ ਪਾ ਕੇ ਗਲਾਸ 'ਚ ਉੱਥੋਂ ਹੋਰ ਪਾਣੀ ਪਾ ਦੇ ਕਿਉਂ ਮੈਂ ਪਤਲਾ ਕਰਕੇ ਪੀਨਾ ਪਾਣੀ ਪੀ ਹੋਰ ਤੂੰ ਕੀ ਕਰਨਾ ਪਾਣੀ ਤੁਹਾਨੂੰ ਤੇ ਖੁਸ਼ੀਆਂ
ਚੜੀਆਂ ਚੜੀਆਂ ਪਾਣੀ ਆਏ ਥੋੜਾ ਜਿਹਾ ਹੋਰ ਪਾ ਨੀਟ ਨਹੀਂ ਪੀਣਾ ਮੈਂ ਆ ਥੋੜਾ ਜਿਹਾ ਪਾਣੀ ਬਸ ਐ ਕੀ ਕਰਨ ਦੇ ਗਲਾਸਾਂ 'ਚ ਭਰ ਭਰ ਦੇਈ ਜਾਣ ਦੇ ਹੋ ਡੱਬਾ ਦੇ ਦੇ ਚੁੱਪ ਕਰ ਜਾ ਮਾਮੂ ਨਹੀਂ ਬੋਲਦਾ ਚੋਰੀ ਨੇ ਪੀਣਾ ਜੇ ਦੱਸੋ ਤੇ ਸਹੀ ਚੌਧਰੀ ਸਾਹਿਬ ਉਹ ਠੰਡਾ ਥੱਲੇ ਬੈਠਾ ਮੈਂ ਮਿਕਸ ਕਰਨ ਠੰਡਾ ਥੱਲੇ ਹੀ ਬਹਿ ਜਾਂਦਾ ਤੇਰੀ ਮਿਹਰਬਾਨੀ ਚੁੱਪ ਕਰ ਜਾ ਤੂੰ ਦਿਨੇ ਚਮੋਟਾ ਚਮੋਟਾ ਲੈ ਕੇ ਨਿਕਲ ਜਾ ਕਰ ਚੌਧਰੀ ਸਾਹਿਬ ਅੱਜ ਹੀ ਤੇ ਅਗਲਾ ਵਿਹਲਾ ਹੋਇਆ ਸੀ ਚੌਧਰੀ ਸਾਹਿਬ ਪਾਣੀ ਪੀਓ ਹਾਏ ਕੁੱਕੜ ਕਿਆ ਮਰਾ ਮੇਰੇ ਖਸਤਾ ਮਕਾਨ ਮੇ ਕੁੱਕੜ ਕਿਆ ਮਰਾ ਮੇਰੇ ਖਸਤਾ ਮਕਾਨ ਮੇ ਲੋਗੋਂ ਨੇ ਮੁਝੇ ਝੂਠੇ ਪਾਣੀ ਪਿਲਾ ਦੀਏ ਵਾਹ ਵਾਹ ਮਿਰਜ਼ਾ ਖਾਲਸਾ ਸਾਹਿਬ ਲੋ ਜੀ ਆਪਣਾ ਕੰਮ ਹੈ ਭੇਜੋ ਕੋਈ ਜ਼ਰੂਰੀ ਗੱਲਬਾਤ ਕਰਨੀ ਲੋ ਵੀ ਜਾਓ ਕਾਕੋ ਹਾਂਜੀ ਚਲੋ ਉੱਥੋਂ ਅੰਦਰ ਜਾਓ ਆ ਵੀ ਉਹ ਭਾਈ ਕਿਤੇ ਸ਼ਾਪਰ ਚ ਪਾ ਕੇ ਟੰਗ ਦੇ ਨੇ ਚੌਧਰੀ ਜੀ ਕੌਣ ਹੈ ਤੂੰ ਆ ਮੈਂ ਤੁਹਾਡਾ ਕੰਮ ਆ ਮੈਂ ਸ਼ੇਰ ਆ ਸ਼ੇਰ ਹਾਂ ਆਗਾ ਸ਼ੇਰ ਟਾਈ ਫੈਟ ਹੋ ਗਿਆ ਸੀ ਟਾਈ ਲਾਈ ਸੀ ਫੈਟ ਹੋ ਗਿਆ ਸੀ ਤੇਰੀ ਸੂਈ ਕਿੰਨੇ ਮਾਰੀ ਕਿੰਨੇ ਮਾਰੀ ਆ ਸੂਈ ਆ ਗੁੱਟ ਤੇ ਬੈਲਾ ਜਾ ਚੱਲ ਜਾ ਜਾ ਕੇ ਉੱਥੋਂ ਲੈ ਕੇ ਨਾ ਮਾਜੀ ਦੀ ਝੱਗ ਆਹੋ ਤੇ ਪੂਰ ਸ਼ਿਕਾਰ ਠੀਕ ਹੈ ਚੱਲ ਦੋ ਕਮਰੇ ਸਫੈਦੀ ਕਰਨੇ ਚੌਧਰੀ ਗੱਲ ਇਸ ਤਰ੍ਹਾਂ ਕਿ ਕੱਲ ਤੇ ਬੜੀ ਅਫਸੋਸ ਆ ਕੁੱਕੜ ਮਰ ਗਿਆ ਬੇਗਮ ਨੂੰ ਬੁਲਾ ਕੇ ਲਿਆ ਫਟਾਫਟ ਉਹ ਬੇਗਮ ਨੂੰ ਬੁਲਾ ਕੇ ਲਿਆ ਮੈਂ ਹੀ ਰਹਿ ਗਿਆ ਬੇਗਮ ਨੂੰ ਬੁਲਾਉਣ ਲਈ ਆ ਜ਼ਰਾ ਬੇਗਮ ਨੂੰ ਬੁਲਾਈ ਯਾਰ ਫੌਤ ਕੀ ਹੋ ਗਈ ਨਹੀਂ ਤਾਂ ਰਸਮ ਕਰਨੀ ਸੀ ਬੜੀ ਸ਼ਾਨ ਨਾਲ ਓਏ ਜੀ ਜੀ ਉਹ ਚਲੋ ਮੈਂ ਕਹਿ ਦਿੰਦਾ ਜਨਾਬ ਉਹ ਤੁਹਾਡੇ ਛੋਟੇ ਭਾਈ ਦਾ ਪਿੰਡੋਂ ਫੋਨ ਹੈ ਜੀ ਕੀ ਆਂਦਾ ਉਹ ਕਹਿੰਦੇ ਵਾਪਸ ਆਉਣਾ ਜਾਂ ਬਾਂਦਰ ਵੇਚ ਦਈਏ ਦੱਸ ਉਹਨੂੰ ਤਾਂ ਬਾਂਦਰ ਵੇਚ ਦੇ ਆ ਬਾਂਦਰ ਰਹਿਣ ਦੇ ਉਹਨਾਂ ਰਿੱਛ ਲੀਲੇ ਨਾਲ ਹੀ ਹੈ ਇਹ ਮਖੌਲੀਆਂ ਰੱਖੇ ਇਹਦੇ ਨਾਲ ਉਹ ਮੈਂ ਕਹਿੰਦਾ ਜ਼ਰਾ ਰਾਜੀ ਰਹੀਦਾ ਆ ਬੇਗਮ ਤੈਨੂੰ ਪਤਾ ਵੀ ਚੌਧਰੀ ਕੂਮਾ ਦੀ ਤੇਰੇ ਜਵਾਈ ਨੇ ਹਾਂ ਮੈਂ ਮਰ ਗਈ ਹਾਏ ਕਦੀ ਹੁਸਨ ਨਹੀਂ ਵੇਖਿਆ ਹਾਏ ਇਹ ਜਵਾਈ ਕੀ ਹੈ ਮੈਨੂੰ ਮੇਰੀਆਂ ਨਾਸਾਂ ਚੋਂ ਸਿੰਘ ਨਿਕਲੇ ਨੇ ਜਾਵੇ ਜਵਾਈ ਇਹ ਤੇ ਗੋਡੇ ਤੇ ਲਾਉਣ ਵਾਲੀ ਦਵਾਈ ਹੈ ਮੈਂ ਰਾਜੀ ਬਣਾਈ ਹੈ ਆਹੋ ਅੰਮਾ ਦੀ ਮੁਸਲਮਾਨ ਦਾ ਪਾਇ ਦਾ ਸਾਈ ਏ ਜਾਵੇ ਤਹਾਓ ਵੇ ਬੜੀਆਂ ਖਿੱਚ ਕੇ ਅੱਖਾਂ ਬੰਦ ਕੀਤੀਆਂ ਹੀ ਅਮੀ ਉਹ ਮੇਰੇ ਡੇਲੇ ਡਿੱਗ ਪੈਂਦੇ ਨੇ ਇਹ ਔਰਤਾਂ ਬੜੀਆਂ ਸਿਰੇ ਚੜਾਈਆਂ ਨੇ ਤੁਸੀਂ ਨਾ ਕੀ ਗੱਲ ਹੈ ਹੈ ਇਹ ਆਪਣੇ ਵੱਲੋਂ ਹੁਸਨ ਤੇ ਵੇਖਦਾ ਆਪਣਾ ਹਾਂ ਉਹ ਮਰ ਵੀ ਅੱਛਾ ਹਾਂ ਇਹ ਬੀਵੀ ਤੇਰੀ ਮਰਾਸਣ ਲੱਗਦੀ ਹੈ ਮੈਨੂੰ ਇਹ ਤਾਰੀ ਮਾਂ ਸੱਸ ਜੀ ਸਾਸੂ ਹੈ ਸੇਸੂ 4 ਸਾਲ ਵੱਡਾ ਮੈਂ ਮੇਰੇ ਕੋਲੋਂ ਸਿਰਫ ਆਓ ਅੰਗੂਠੀ ਫੜਾਓ ਰਾ ਚਲੋ ਅੰਗੂਠੀ ਪਾਓ ਇਹਨੂੰ ਇਹ ਅੰਗੂਠੀ ਤੇ ਪੈਰ ਦੀ ਚੀਚੀ ਚ ਪਵਾ ਦਿਓ ਵੈਸੇ ਅੰਗੂਠੀ ਨਾ ਪਾਓ ਜਿਹੋ ਜਿਹਾ ਲਾੜਾ ਇਹਨੂੰ ਟਾਇਰ ਪਾਓ ਅਲਾ ਫੜ ਦੌਲਤ ਆਵੇ ਤੇ ਮਾਤੀ ਵਜਣ ਦੀ ਫੁੱਲਾਰ ਕੀ ਬੱਚੀ ਤੇ ਉਹਦੇ ਨਾਲ ਵਿਆਹਣ ਲੱਗੇ ਨੇ ਸਿਰਫ ਇਸ ਵਾਸਤੇ ਦੀ ਉਹਦੇ ਕੋਲ ਜ਼ਮੀਨਾਂ ਨੇ ਚਾਹ ਬੜੀ ਪੀਂਦੀ ਬੀਬੀ ਪੱਤਰ ਸਿੱਟੀ ਚਲਾਉਂਦੀ
ਮੈਂ ਚਾਹ ਬਣਾ ਰਿਹਾ ਸੀ ਜੀ ਤੁਹਾਡੇ ਲਈ। ਐਂਡੀ ਦੇਰ ਹੋ ਗਈ ਤੇਰੇ ਕੋਲ ਚਾਹ ਨਹੀਂ ਬਣਦੀ। ਤੁਸੀਂ ਕੱਟੀਆਂ ਇੱਕ ਵਾਰੀ ਬਣਵਾ ਲਓ ਨਾ ਚਾਹਾਂ। ਕਿਉਂ ਛੇ ਛੇ ਚਾਹਾਂ ਪੀਂਦੇ ਲਈ ਮੈਨੂੰ ਬਹੁਤ ਲੱਗਦਾ। ਹੋਰ ਸਿਰ ਤੇ ਚੜਾ ਇਹਨੂੰ ਹੋਰ ਲਗਾ ਲਓ। ਚੱਚੀ ਜਾਨ ਚੱਚੀ ਜਾਨ ਸਲਾਮ ਚੱਚੀ ਜਾਨ। ਵਾਲੇਕੁਮ ਸਲਾਮ ਮੈਂ ਸੱਕੇ ਮੈਂ ਵਾਰੀ ਤੇ ਕਿਸ ਤਰ੍ਹਾਂ ਠੀਕ ਹੈ ਤੂੰ। ਇਹ ਬਜਾਨ ਨੇ ਮਿਠਾਈ ਭੇਜੀ ਆਪਕੇ ਲਈ। ਮਿਠਾਈ ਤਾਂ ਅਗਰ ਕਾਦੀ ਲੋ ਮੈਂ ਬਤਾਤਾ ਹੂੰ ਮੁਕਾਬਲੇ ਕੇ ਇਮਤਿਹਾਨ ਮੇਂ ਪਾਸ ਹੋ ਗਿਆ ਹੂੰ ਚਾਚੀ ਮੈਂ। ਹਾਏ ਪੁੱਤਰ ਤੂੰ ਤੇ ਮਨੂੰ ਡਰਾ ਹੀ ਦਿੱਤਾ ਸੀ। ਲੋ ਇਸ ਮੈਂ ਡਰਨੇ ਵਾਲੀ ਕੌਣ ਸੀ ਬਾਤ ਹੈ ਚਾਚੀ। ਤੇਰੇ ਡਰ ਵਾਲੀ ਤੇ ਗੱਲ ਹੈ ਕੀ ਹੈ ਨਾ ਕਿਧਰੇ ਤੇਰਾ ਪਿਓ ਘਬਰਾ ਕੇ ਤੇਰਾ ਵਿਆਹ ਕਿਧਰੇ ਹੋਰ ਹੀ ਨਾ ਕਰ ਛੱਡੇ। ਪਰ ਨਹੀਂ ਚਾਚੀ ਹਮਾਰਾ ਖਾਨਦਾਨ ਕਲਰਕੋ ਕਾ ਹੈ ਆਜ ਇਹ ਤਾਣਾ ਵੀ ਖਤਮ ਹੋ ਗਿਆ। ਮੇਰਾ ਖਿਆਲ ਹੈ ਚਾਚਾ ਜਾਨ ਕੋ ਮੇਰੇ ਰਿਸ਼ਤੇ ਪਰ ਕੋਈ ਇਤਰਾਜ਼ ਨਹੀਂ ਹੁੰਦਾ। ਅੱਛਾ ਤੂੰ ਇਹ ਦੱਸ ਕੇ ਚਾਹ ਪੀਏਗਾ ਸ਼ਰਬਤ ਪੀਏਗਾ। ਮੈਂ ਤੇ ਕਹਿੰਦੀ ਹਾਂ ਬੀਬੀ ਜੀ ਸ਼ਰਬਤ ਮੰਗਾ ਲਓ ਉਂਝੇ ਤਿੰਨ ਚਾਰ ਦਿਨਾਂ ਤੋਂ ਨਾ ਦੂਰੋਂ ਦੂਰੋਂ ਸ਼ਰਬਤ ਵਾਲੀਆਂ ਬੋਤਲਾਂ ਵੇਖਣ ਦੇ। ਠੀਕ ਹੈ ਜੀ ਸ਼ਰਬਤ ਹੀ ਮੰਗਾ ਲਈ ਸ਼ਰਬਤ। ਐ ਬੀਬੀ ਜੀ ਡੱਬਾ ਤਾਂ ਖੋਲ ਕੇ ਵੇਖੋ ਕਿਧਰ ਵਿੱਚੋਂ ਸਾਪ ਪੀਣਾ ਨਿਕਲ ਆਇਆ। ਮੈਂ ਮਰ ਗਈ। ਹਾਏ ਮਜ਼ਾਕ ਕਿਧਰ ਹਾਂ ਜਾ ਤਹਾ ਤੈਨੂੰ ਪਤਾ ਮੈਨੂੰ ਡਰ ਲੱਗਦਾ ਉਹ ਜੀਆਂ ਚੀਜ਼ਾਂ ਕੋਲੋਂ। ਉਹ ਇਸੇ ਇੱਕ ਲੱਡੂ ਖਿਲਾ ਦੇ ਚਾਚੀ ਲੱਡੂ ਖਾ। ਚੱਲ ਜਾਨ ਆਪ ਵੀ ਖਾ ਲੈ ਤੇ ਸਾਰਿਆਂ ਨੂੰ ਖਵਾ ਚੱਲ। ਅੱਛਾ ਇਹ ਦੱਸ ਕਿ ਤੇਰੇ ਅੱਬਾ ਜੀ ਕਿਉਂ ਨਹੀਂ ਆਏ। ਅੱਬਾ ਜੀ ਬਸ ਆਪਕੋ ਸਲਾਮ ਕਹਿ ਰਹੇ ਥੇ ਔਰ ਉਹਨਾਂ ਨੇ ਜ਼ਰੂਰ ਆਣਾ ਆਪਕੀ ਤਰਫ। ਅੱਛਾ ਹੋਰ ਇਹ ਦੱਸ ਕਾ ਲੈ ਹਾਂ ਸ਼ਰਮਾਨ ਨਹੀਂ ਨਹੀਂ ਇਹ ਵਸੀਮ ਹੈ ਗਾਈ ਤੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਆਇਆ ਇਹਨੂੰ ਮੁਬਾਰਕਬਾਦ ਦੇ। ਤੁਸੀਂ ਦੋਵੇਂ ਗੱਲਾਂ ਕਰੋ ਤੇ ਮੈਂ ਠੰਡਾ ਪੇ। ਵਸੀਮ ਤੁਮੇ ਬਹੁਤ ਬਹੁਤ ਮੁਬਾਰਕ। ਖੈਰ ਮੁਬਾਰਕ ਇਹ ਸਭ ਤੁਹਾਡੀ ਵਜ੍ਹਾ ਸੇ ਹੋਇਆ ਹੈ। ਅੱਛਾ ਸੁਨਾ ਹੈ ਔਰਤੋਂ ਕੀ ਦੁਆ ਜਲ ਕਬੂਲ ਹੋਤੀ ਹੈ। ਨਹੀਂ ਨਹੀਂ ਇਸਮੇਂ ਤੁਹਾਡੀ ਮਿਹਨਤ ਵੀ ਸ਼ਾਮਿਲ ਹੈ। ਜਹਾਂ ਤੁਹਾਡੀ ਕਾਮਯਾਬੀ ਪੇ ਖੁਸ਼ੀ ਹੋ ਰਹੀ ਹੈ ਵਹਾਂ ਆਪਣੀ ਹਾਲਤ ਪੇ ਰੋਣਾ ਵੀ ਆ ਰਹਾ ਹੈ। ਤੋ ਰੋ ਲੋ ਭਈ ਰੋਨੇ ਸੇ ਦਿਲ ਕਾ ਬੋਝ ਹਲਕਾ ਹੋ ਜਾਤਾ ਹੈ। ਇਸਕਾ ਮਤਲਬ ਹੈ ਆਪ ਮੇਰਾ ਸਾਥ ਨਹੀਂ ਦੇਂਗੇ। ਹਾਂ ਅਗਰ ਤੁਮੇ ਜ਼ਰੂਰਤ ਹੋਈ ਤੋ ਜ਼ਰੂਰ ਦੂੰਗਾ। ਤੁਮ ਮੁਝੇ ਮੁਹੱਬਤ ਨਹੀਂ ਕਰਤੇ। ਏਕ ਹੀ ਸਿਫਤ ਹੈ ਹਮਾਰੇ ਖੂਨ ਮੇਂ ਮੁਹੱਬਤ ਕਰਤੇ ਹੈ ਤੋ ਇੰਤਹਾ ਤੱਕ ਔਰ ਅਗਰ ਨਫ਼ਰਤ ਕਰੇ ਤੋ ਵੋ ਵੀ ਇੰਤਹਾ ਤੱਕ। ਸੋਹਣੀ ਬਣਨਾ ਚਾਹਤੀ ਹੋ ਜੀ ਤੋ ਘੜੇ ਕੀ ਨੀਅਤ ਪਰ ਸ਼ੱਕ ਨਾ ਕਰੋ ਜੀ। ਉਹ ਕਿਸੇ ਘੁਮਿਆਰ ਤੇ ਆ ਪੁੱਤਰਾ। ਓ ਮੇਰੀ ਤੇਰੇ ਕਬੂਤਰ ਉੱਡਣ ਡਏ ਨੇ। ਓ ਮੇਰੀ ਜ਼ੌਜਾ ਨੂੰ ਕੀ ਕਹਿਣ ਦੇ ਓਏ। ਇਨਕੀ ਤਾਰੀਫ ਇਹ ਕੌਣ ਹੈ ਭਈ। ਇਹ ਚੌਧਰੀ ਸਾਹਿਬ ਹੈ ਔਰ ਇਨਕੀ ਤਾਰੀਫ ਇਹ ਹੈ ਕਿ ਪਾਕੇ ਹੋਣੇ ਕੇ ਬਾਵਜੂਦ ਚੰਦ ਮੁਰਗ ਔਰ ਮੁਰਗੀਆਂ ਆਪਸ ਮੇਂ ਲੜਵਾਤੇ ਰਹਤੇ ਹੈ। ਅੱਛਾ ਅੱਛਾ ਤੋ ਇਸਕਾ ਮਤਲਬ ਹੈ ਕਿ ਪਰਿੰਦੇ ਬੇਚਦੇ ਹੈ। ਤੁਸੀਂ ਕਹਾਂ ਲੈਣ ਆਏ ਹੋ ਇਹ ਕੌਣ ਹੈ ਬਤਾਓ ਮੇਰਾ ਤਾਰੁਫ ਕਰਾਓ ਜੀ। ਮੁਕਾਬਲੇ ਕੇ ਇਮਤਿਹਾਨ ਮੇਂ ਫਸਟ ਡਿਵੀਜ਼ਨ ਹਾਸਲ ਕੀ ਹੈ ਇਨਹੋਨੇ। ਹਾਏ ਮੁਕਾਬਲਾ ਤੇ ਮੇਰਾ ਕੁੱਕੜ ਕਰਦਾ ਸੀ। ਬਿਮਾਰ ਚੌਧਰੀ ਸਾਹਿਬ ਆਪਕੇ। ਆਇਆ ਇਹ ਕੌਣ ਹੈ ਆਪ ਨਹੀਂ ਜਾਣਦੇ। ਨਹੀਂ ਆਪ ਨਹੀਂ ਜਾਣਦੇ। ਨਹੀਂ ਆਪ ਕੀ ਨਹੀਂ ਜਾਣਦੇ। ਨਹੀਂ ਨਹੀਂ ਇਹ ਆਪਕੇ ਹੋਣੇ ਵਾਲੇ ਭੈਣੋ ਹੀ ਹੈ। ਉਹ ਮੇਰੀ ਤੇ ਇੱਕੋ ਹੀ ਭੈਣ ਸੀ ਜਿਹੜੀ ਚੌਧਰੀ ਲਤੀਫ ਨਾਲ ਮੈਂ ਵਿਆਹਤੀ ਸੀ ਜਿਹੜਾ ਹਰ ਮਾਲ ਇੱਕ ਰੁਪਈਆ ਹਰ ਮਾਲ ਇੱਕ ਰੁਪਈਏ ਦਾ ਬਿਜ਼ਨਸ ਕਰਦਾ ਸੀ। ਆਜ ਸੇ ਮੁਝੇ ਵੀ ਆਪਣੀ ਬਹਿਨ ਸਮਝੇ। ਓਏ ਮੈਂ ਮੁੰਦਰੀ ਪਾਈ ਹੈ ਤੇਰੀ ਤੂੰ ਮੇਰੀ ਹੋਣ ਵਾਲੀ ਸੌਚਾ। ਇਹ ਕਿਸੇ ਮੁੰਗੀ ਨੂੰ ਥੋੜੇ ਜੀ ਬੁਝੇ ਆਪ ਇਹ ਬਤਾਏ ਕਿ ਆਪ ਕੀ ਸ਼ੁਰੂ ਕਰਦੇ ਹੈ। ਕਿਸੇ ਦੇ ਚਿੱਕੜ ਸੱਟਦਾ ਕਿਸੇ ਦੀ ਕੈਂਟੀ ਵਜਾ ਕੇ ਦੌੜ ਗਏ ਕਿਸੇ ਦੇ ਸਾਈਕਲ ਪਿੱਛੋਂ ਟਿਫਨ ਕੱਢ ਕੇ ਲੈ ਗਏ। ਕਾਹੀ ਚੰਗਾ ਮਾਰਦੇ ਆ ਚੋਰੀ ਫੋਨ ਦੇ ਨਾਤੇ ਨਾਲ ਘੱਟ ਰਕਤਾਂ ਖਰੀਦੀਆਂ ਨੇ। ਅੱਛਾ ਅੱਛਾ ਆ ਇਹ ਹੈ ਕੌਣ ਹੈ ਤੇ ਤੁਸੀਂ ਕੀ ਕਰਦੇ। ਮੈਂ ਬਤਾਤਾ ਹੂੰ ਮੈਂ ਯਹਾਂ ਪਰ ਆਪਣੀ ਜਾਨ ਕੋ ਲੈਣੇ ਕੇ ਲਈ ਆਇਆ ਹੂੰ। ਜਾਨ ਜਾਨ ਦਾਲ ਚ ਕਾਲਾ ਨਹੀਂ ਤੇ ਦਾਲ ਬਰਾਉਨ ਜ਼ਰੂਰ ਲੱਗ ਰਹੀ ਹੈ ਮੈਨੂੰ। ਚੌਧਰੀ ਸਾਹਿਬ ਦਾਲ ਮੇਂ ਕਾਲਾ ਹੀ ਹੁੰਦਾ ਹੈ। ਇੱਥੇ ਕਤਲ ਹੋਣਗੇ ਇੱਥੇ ਕਤਲ ਹੋਣਗੇ ਖੂਨ ਦੀਆਂ ਨਦੀਆਂ ਵਹਿਣਗੀਆਂ ਔਰ ਨਿਕਲ ਜਾ। ਇੱਕ ਕਦਮ ਵੀ ਅੱਗੇ ਬਣਾਇਆ ਤੂੰ। ਚਲੋ ਠੀਕ ਹੈ ਆਹੋ ਜੀ ਰੋ ਪਾਇਆ ਹੁਣ ਚਲੋ ਠੀਕ ਹੈ। ਮੈਂ ਤੁਹਾਡੀ ਗੱਲ ਮੰਨੀ ਹੈ ਨਾ ਤੁਸੀਂ ਵੀ ਮੇਰੀ ਇੱਕ ਗੱਲ ਮੰਨੋ। ਕੀ? ਇੱਥੋਂ ਚਲੇ ਜਾਓ। ਤੁਮ ਮੁਝੇ ਇਸੇ ਮਿਲਨੇ ਸੇ ਨਹੀਂ ਰੋਕ ਸਕਤੇ। ਵਿਆਹ ਤੋਂ ਪਹਿਲਾਂ ਤੁਸੀਂ ਨੇ ਵਿਆਹ ਤੋਂ ਪਹਿਲੇ ਨਹੀਂ ਮਿਲ ਸਕਦੇ ਵਿਆਹ ਤੋਂ ਬਾਅਦ ਕਦੀ ਕਦੀ ਮਿਲ ਲੈ। ਯੇ ਯਹਾਂ ਸੇ ਨਹੀਂ ਜਾ ਸਕਤੇ। ਕਿਉਂ? ਪੁੱਛੇ ਕਿਉਂ? 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 ਯੇ ਹਮਾਰੇ ਪਰਸਨਲ ਮਹਿਮਾਨ। ਕੀ ਮਕਸਦ? ਨਹੀਂ ਜਾਣਦੇ। ਔਰ ਛੱਡ ਔਰ ਚੌਧਰੀ। ਹਾਂਜੀ। ਲੈ
یہ کہاں کا چودری؟ چودری صرف اور صرف ہمارے والد صاحب ہے اور کوئی چودری نہیں ہے۔ تیرے والد صاحب کلے دنیا دے چودری چلے ہیں؟ Yes, of course. ایویں کتنا کو فرق ہے او دے اتاں نوں نے میرے تھلے نوں نے۔ ایویں چودری بننا کو مشکل ہے، اللہ تعالیٰ نے کوئی پتہ نہیں کسے ٹائم نہیں انج ہو جان۔ چودری کی گل ہے چودری صاحب؟ اوے اینوں باہر چوکے سٹ۔ کینوں؟ او پرلے نوں۔ اوے شہزادے تو، اوے تو اے تے میرا یار دوست ہے، تو ہی نہیں کہی جان دے باہر سٹ۔ جنوں گنجے دا بھی پتا منجے دا بھی پتا۔ نہیں پتا یار تو لگنا ہسبینڈ گنجے ناریل پانی پھوڑ دوں گی تمہارا، اس کی بات نہیں ماننا، بالکل بلیو نہیں کرنا یہ کچھ بھی کہے۔ کی لگدی تھی یہ تہاڈی؟ او میں او دا خامدا بیوی ہے میری۔ اچھا ہاں، اس کی بات پہ یقین نہیں کر؟ نہیں کردا میں، کیڑا نکاح پڑھانا آ گیا تھا تو من جو لے اگر نہیں کردا اے ایدی گل نہیں مننی؟ نہیں بالکل نہیں۔ او بیوی ہے میری۔ بکواس نہ کر چوری، میں تینوں دس میں صحیح لگی، میں سریا میری گل سن، میرے پیچھے ٹر پی جی چودرانی کہندی سی تینوں سگرٹ لاونے نے
ਮੈਂ ਕਿਹਾ ਕਮੀਜ਼ ਜ਼ਰੂਰ ਚਾਹ ਭਾਈ ਜਾਨ ਮੁਬਾਰਕ ਹੋ ਇਹ ਦੇਖੋ ਮੁਬਾਰਕ ਲੈ ਲਓ ਵਿਚਾਰੀ ਦਾ ਆਖਰੀ ਸਾਹ ਇਧਰ ਆ ਐ ਬਚਣਾ ਦੇ ਹਾਂ ਬੀਬੀ ਜੀ ਮੁਬਾਰਕਾ ਹੌਲੀ ਦਿਓ ਹਜੇ ਤੇ ਤੋ ਜਾਨਵਰ ਦੇ ਫੋੜੇ ਵੀ ਨਹੀਂ ਚੁੱਕੀ ਗਈ ਹਾਂ ਜੀ ਅਜੇ ਤਾਂ ਮਰਹੂਮ ਦੀ ਕੁੱਕ ਕੋ ਨਹੀਂ ਮੁੱਕੀ ਚੁੱਪ ਕਰ ਨਹੀਂ ਚੱਲ ਉਹਨੂੰ ਠੰਡਾ ਤਾਂ ਪਿਲਾ ਹਾਂ ਹਾਂ ਦੋ ਹਾਏ ਬੀਬੀ ਜੀ ਵੀ ਕੀ ਸ਼ਰਬਤ ਹੈ ਜੇ ਤੇ ਉੱਕਾ ਮਿੱਠਾ ਨਾ ਪਾਓਗੇ ਮਿੱਠੇ ਨਹੀਂ ਹੁੰਦਾ ਤੁਮਸੇ ਕਿਸੇ ਨੇ ਖਾਏ ਬੋਲਨੇ ਕੋ ਚੁੱਪੀਆਂ ਬਾਹੋ ਜੀ ਸ਼ਰਬਤ ਪੀਣ ਲੱਗਿਆ ਸਾਹ ਵੀ ਲੈਂਦਾ ਤੇ ਨਾਲ ਕਿਸੇ ਦੂਜੇ ਨੂੰ ਪੁੱਛ ਵੀ ਲੈਂਦਾ ਉਹਨੇ ਇੰਜ ਪੀਤਾ ਜਿਵੇਂ ਇਫਤਾਰੀ ਕੀਤੀ ਸ਼ਰਬਤ ਹੀ ਤੇ ਬਚਦਾ ਵਿਚਾਰੇ ਨੂੰ ਬਾਹਰ ਤੇ ਗੁਸਾਦਾ ਨਹੀਂ ਪੀਣ ਦਿੰਦਾ ਓਏ ਕਲਰਕ ਦੇ ਬੱਚੇ ਫਿਰ ਅੰਦਰ ਆ ਗਏ ਤੂੰ ਹੈ ਸਲਾਮ ਜੀ ਤੇ ਸਲਾਮ ਓ ਤੂੰ ਅੰਦਰ ਕਿਸ ਤਰ੍ਹਾਂ ਆਇਆ ਜੀ ਦਰਵਾਜ਼ਾ ਖੁੱਲਾ ਥਾ ਮੈਂ ਅੰਦਰ ਆ ਗਿਆ ਦਰਵਾਜ਼ਾ ਹੁਣ ਵੀ ਖੁੱਲਾ ਨਿਕਲ ਜਾ ਚਲੋ ਕੁੜੀਆਂ ਅੰਦਰ ਚਲੋ ਕੁੜੀਆਂ ਅੰਦਰ ਮੈਂ ਆ ਰਹਾ ਹਾਂ ਖਾਣਾ ਲੈ ਕੇ ਤੁਹਾਡੇ ਲਈ ਤੁਹਾਡੀ ਜ਼ੁਬਾਨ ਇਤਨੀ 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 ਮੈਨੇ ਕੱਟ ਦਰੀ ਪਕੜ ਬਹੁਤ ਇੱਥੇ ਹੀ ਮਿਹਨਤ ਕਰੀ ਜਾਣਾ ਮੇਰੀ ਜ਼ੁਬਾਨ ਤੇ ਇਹ ਗੱਲ ਚਾਚਾ ਮੁਝੇ ਤਾਂ ਅਬੂ ਨੇ ਭੇਜਾ ਆਪਕੇ ਪਾਸ ਬਹੁਤ ਹੀ ਇੰਨੀ ਤੁਰਤ ਚੱਲ ਰਹਾ ਨਹੀਂ ਤੁਰਤ ਨਹੀਂ ਅਬੂ ਕੀ ਜ਼ੁਰਤ ਨਹੀਂ ਉਨਕੀ ਸ਼ਰਾਫਤ ਕਹੀਏ ਉਹਨਾਂ ਨੇ ਕਥਾ ਮੁਕਾਬਲੇ ਕੇ ਇਮਤਿਹਾਨ ਮੇ ਪਾਸ ਹੋਇਓ ਜਾਓ ਚਾਚਾ ਕੋ ਸਲਾਮ ਕਰਕੇ ਆਓ ਉਹ ਜਾ ਯਾਰ ਖਰਾਬ ਪੈਂਟ ਪਾ ਕੇ ਆ ਗਿਆ ਜਾ ਮੇਰਾ ਭਰਾ ਚੌਧਰੀ ਸਾਹਿਬ ਕੀ ਹੋ ਗਿਆ ਜੇ ਤੁਹਾਨੂੰ ਵੱਧ ਕੇ ਉਹਨੂੰ ਸੀਨੇ ਨਾਲ ਲਾਓ ਉਹ ਤੁਹਾਨੂੰ ਆਪਣੀ ਖੁਸ਼ੀਆਂ ਨੂੰ ਸ਼ਰੀਕ ਕਰਨ ਆਇਆ ਹੈ ਮੁਕਾਬਲੇ ਦੇ ਇਮਤਿਹਾਨ ਵਿੱਚ ਪਾਸ ਹੋਇਆ ਹੈ ਤੇ ਹੁਣ ਉਹ ਵੀ ਕਿਧਰੇ ਵੱਡਾ ਹੀ ਅਫਸਰ ਲੱਗੇਗਾ ਉਹ ਚੌਧਰੀ ਤੇ ਨਹੀਂ ਨਾ ਲੱਗੇਗਾ ਇਸ ਤੋਂ ਵੱਡੇ ਵੱਡੇ ਅਫਸਰ ਸਾਨੂੰ ਸਲਾਮ ਕਰਨ ਆਉਂਦੇ ਨੇ ਚਾਚਾ ਮੈਂ ਵੀ ਸਲਾਮ ਕਰਨ ਹੀ ਆਇਆ ਹਾਂ ਓਏ ਨਿਕਲ ਜਾ ਸਲਾਮ ਕਰਨ ਆਇਆ ਇੱਥੇ ਦਰਬਾਰ ਬੜੇ ਆ ਤੁਸੀਂ ਵੀ ਡਾਂਗ ਛੱਡ ਦਿਓ 24 ਘੰਟੇ ਡਾਂਗ ਬੜੀ ਹਵੇਲੀ 'ਚ ਕੁੱਤੇ ਵੜ ਜਾਂਦੇ ਨੇ ਚੌਧਰੀ ਸਾਹਿਬ ਤੁਹਾਡੇ ਵਾਸਤੇ ਇੱਕ ਮਿਸਾਲ ਜੇ ਕਿ ਅਗਲੇ ਦੀ ਉਨੀ ਬਿਸਤੀ ਕਰੋ ਜਿੰਨੀ ਆਪਣੇ ਅੰਦਰ ਬਿਸਤੀ ਕਰਾਉਣ ਦੀ ਹਿੰਮਤ ਹੋਵੇ ਹਾਂਜੀ ਛੋੜੋ ਚਾਚੀ ਜਾਨ ਇਨਕੀ ਤਕੀਆ ਮੁਸੀਬਤੋਂ ਸੇ ਮੇਰੀ ਬੇਇੱਜ਼ਤੀ ਨਹੀਂ ਹੋਣ ਲੱਗੀ ਖੁਦਾ ਹਾਫਿਜ਼ ਯਾ ਮੇਰਾ ਪ੍ਰਭੂ ਆਟੇ ਤੇ ਬਹਿ ਬਹਿ ਕੇ ਕੀ ਹਾਲ ਕੀਤਾ ਜੇ ਆਇੰਦਾ ਇਹ ਮੁੰਡਾ ਇੱਥੇ ਬਣਿਆ ਤੇ ਕੀ ਕਰ ਲੋਗੇ ਮੈਂ ਤੈਨੂੰ ਗੋਲੀਆਂ ਮਾਰ ਦਿਆਂਗਾ ਹਾਏ ਹਾਏ ਐਵੇਂ ਸ਼ਵੀ ਚੀਜ਼ ਨਹੀਂ ਮੈਂ ਸੱਤਾ ਭਰਾਵਾਂ ਦੀ ਕੱਲੀ ਕੱਲੀ ਭੈਣਾ ਇਹ ਅੱਠ ਵੀ ਹੁੰਦੇ ਤੇ ਮੇਰਾ ਕੀ ਕਰ ਲੈਣਾ ਸੀ ਉਹ ਕੀ ਸੱਤ ਭਰਾ ਨੇ ਜਿਨ੍ਹਾਂ ਨੇ ਰਲ ਮਿਲ ਕੇ ਆਪਣੀ ਭੈਣ ਮੈਨੂੰ ਫੜਾ ਦਿੱਤੀ ਆ ਦਲੇਰੀ ਤਾਂ ਫੇਰ ਸੀ ਨਾ ਜੇ ਮੈਨੂੰ ਫੜਾਉਂਦੇ ਸਲਾਈ ਮਸ਼ੀਨ ਆ ਤੇ ਕੱਪੜੇ ਸਿਆ ਕਰ ਲੈ
ਹਜ਼ਾਰ ਰੁਪਈਆ ਦੇਣ ਦਿਓ ਇੱਥੇ ਪੀਜ਼ਾ ਛੱਡਣ ਆਈ ਹੈ। ਖਾਨਾ ਖਰਾਬ ਮੇਰਾ ਮੁਜਰਾ ਵੇਖ ਕੇ ਕਹਿੰਦਾ ਮੈਨੂੰ ਉਹ ਗਾਣਾ ਸੁਣਾ ਪਾਪੀ ਝੂਲੋ। ਲੈ ਉਹ ਮੈਨੂੰ ਯਾਦ ਆ ਗਿਆ ਉਹ ਇਹਨੂੰ ਨਹੀਂ ਸੀ ਆਂਦਾ ਵਿੱਚੋਂ 500 ਰੁਪਈਆ ਕੱਟ ਲੈਣਾ ਬਸ। ਨਹੀਂ ਨਹੀਂ ਸਾਡੇ ਨੂੰ ਮਿਲਣਾ ਆ ਸਾਡੇ ਨੂੰ ਮਿਲਣਾ ਮੈਂ ਨਹੀਂ 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 ਸਾਡੇ ਨੂੰ ਦੇਣਾ ਸਾਕੇ ਜੇ ਤੁਸੀਂ 10000 ਪੂਰਾ ਦਿੱਤਾ ਮੈਂ ਰੋਣ ਲੱਗ ਪਾਵਾਂ ਮੈਂ। ਓਏ 10000 ਰੁਪਏ ਨਹੀਂ ਨਹੀਂ ਸਾਡੇ ਨੂੰ ਕੀ ਗੱਲ ਦੱਸ ਰਿਹਾ ਨਾ ਬਚਾ ਲੈ ਮੈਂ ਮੁਜਰਾ ਕਰਨ ਨਹੀਂ ਸਾ ਤੂੰ ਪਿਆਰਾ ਲੈ ਵੀ ਲਾ ਕੇ ਜਿਹੜਾ ਮੈਂ ਨੋਟ ਘੜੀਸ ਕੇ ਲਗਿਆ ਸੈ। ਓ ਦੱਸ ਕਿੰਨੇ ਸਣ ਉਹ ਦਾ ਮੈਨੂੰ ਨਹੀਂ ਪਤਾ ਲੱਗਾ ਅੱਗੇ ਛੱਪੜ ਆਇਆ ਮੈਂ ਛੱਪੜ ਚੋਂ ਲੰਨੀ ਆ ਗਿੱਲੇ ਹੋ ਗਏ ਸਾਰੇ ਲੱਥ ਗਏ। ਆ ਸ਼ਾਕਿਆ ਤੈਨੂੰ ਸ਼ਰਮ ਨਹੀਂ ਆਉਂਦੀ ਐਡੀ ਫੀਨੀ ਔਰਤ ਦਾ ਮੁਜਰਾ ਵੇਖਦਾ ਰਿਹਾ। ਫੀਨੀ ਨਹੀਂ ਸੀ ਚੰਗੀ ਭਲੀ ਸੀ ਵਿਚਾਰੀ ਫਿਰ ਚੰਗੀ ਭਲੀ ਸੀ ਚੰਗੀ ਭਲੀ ਸੀ ਦੁਆਣਾ ਸੁਣਨ ਨਹੀਂ ਸੀ ਪਿੱਛੋਂ ਕਿਸੇ ਨੇ ਧੱਕਾ ਮਾਰਿਆ ਉਹਦਾ। ਚਰਗੇ ਚੱਲਣ ਦੇ ਨੀ ਕੀਮਾ ਪੱਕਾ ਗੋਸ਼ਤ ਪੱਕਾ ਤੇ ਪੇਂਡੂ ਵਿਆਹ ਤੇ ਜਿਹੜੀ
ਕੱਟੀ ਕਰਨੀ ਹੁੰਦੀ ਆ 8 ਦਿਨ ਪਹਿਲਾਂ ਬੂਹੇ ਤੇ ਬੰਨੀ ਹੁੰਦੀ। ਉਹ ਕੱਟੀ ਵਿਚਾਰੀ ਹਰ ਆਉਣ ਵਾਲੇ ਪ੍ਰਾਹੁਣੇ ਨੂੰ ਵੇਖਣ ਦੀ, ਇਹਨੇ ਵੀ ਮੈਨੂੰ ਖਾਣਾ। ਕੋਈ ਮੇਰੇ ਵਰਗਾ ਲੰਘੇ ਇਹਨੇ ਤਾਂ ਪਾਵਾ ਹੀ ਮੰਗਣੇ ਨੇ। ਪੇਂਡੂ ਪੇਂਡੂ ਬਿਮਾਰ ਹੋ ਜਾਏ ਡਾਕਟਰ ਤੋਂ ਬਹੁਤਾ ਆਪ ਡਰਿਆ ਹੁੰਦਾ। ਉਹ ਕਿਉਂ ਜੀ? ਡਾਕਟਰ ਨੂੰ ਜਾ ਕੇ ਬਾਹਰੋਂ ਗੇਟ ਤੋਂ ਡਾਕਟਰਾਂ ਮੈਂ ਬਚਣਾ ਕੋਈ ਨਹੀਂ। ਚਿੱਟੇ ਚੋਲੇ ਵਾਲੇ ਬਾਬੇ ਖਾਬ ਚ ਆਉਂਦੇ ਆ, ਆ ਕੇ ਮੈਨੂੰ ਕਹਿੰਦੇ ਨਜ਼ੀਰ ਨਾਲ ਦੀ ਜਗ੍ਹਾ ਖਾਲੀ ਤਿਰਲੀ ਮੱਲੀ ਹੀ ਆ। ਉਹ ਤਾਂ ਪਿੰਡ ਦਾ ਡਾਕਟਰ ਵੀ ਉਹੋ ਜਿਹਾ ਪੀਪੇ ਚ ਐਸਪਰੋ ਰੱਖੀ ਨਾਲ ਸਾਈਕਲਾਂ ਨੂੰ ਪੈਂਚਰ ਲਾਉਣ ਡਿਆ। ਮਰੀਜ਼ ਦੀ ਬਾਹ ਫੜੀ ਟਿਊਬ ਪਾਣੀ ਚ ਦੇ ਕੇ, ਓਏ ਤੂੰ ਤਾਂ ਪਟਾਕਾ ਮਾਰ ਗਿਆ ਬਈ। ਜਿਹੜੀ ਦਵਾਈ ਦਿੱਤੀ ਸੀ ਖਾਧੀ? ਹਾਂਜੀ ਖਾਧੀ, ਤਦੋਂ ਹੀ ਬੁਲਬੁਲੇ ਘੱਟ ਹੋਏ। ਤੈਨੂੰ ਗੋਲੀਆਂ ਦਿੰਦਾ ਲੇਕਿਨ ਨਾਲ ਸਲੋਸ਼ਨ ਵੀ ਲੱਗਣਾ ਹੈ। ਉਹ ਮਰੀਜ਼ ਵਾਲੀਆਂ ਗੋਲੀਆਂ ਸਾਈਕਲ 'ਚ ਸਾਈਕਲ ਵਾਲੀਆਂ ਮਰੀਜ਼ 'ਚ ਪਾ ਦਿੰਦੇ ਨੇ। ਅਸੀਂ ਸ਼ਹਿਰੀਆ ਟੀਕਾ ਲਵਾਉਣ ਜਾਵਾਂ, ਡਾਕਟਰ ਨੂੰ ਪਹਿਲਾਂ ਡਾਕਟਰ ਤੁਹਾਡਾ ਹੱਥ ਬਹੁਤ ਸਖਤ ਹੈ, ਪਿਛਲੀ ਮਰਤਬਾ ਤੂੰ ਇੰਜੈਕਸ਼ਨ ਲਗਾਇਆ ਮਸਲ ਪੁੱਲ ਹੋ ਗਿਆ, ਜੀ ਦੇਖੋ ਉਹ ਫੇਰ ਲਾਉਂਦਾ ਟੀਕਾ, ਉਹ ਦੇਖੇ ਤੇ ਪੇਂਡੂ ਟੀਕਾ ਲਵਾਉਣ ਲਈ ਡਾਕਟਰ ਦੇ ਉੱਤੇ ਚੜਿਆ ਹੁੰਦਾ ਅੱਗੇ ਤੁਰਨ। ਇੰਨੀ ਕੁ ਸੂਈ ਉਹ 'ਚ ਵੀ ਕਿਰਸ ਕਰਨ ਤੋਂ ਨਗਾ, ਉਹ ਲਾ ਦੇ ਬਾਅਦ 'ਚ ਸ਼ਰੀਕਾ ਵੀ ਤਾਂ ਵਾਢੀ ਦੇਣੀ ਹੈ ਲਾ ਸੂ। ਅਸੀਂ ਸ਼ਹਿਰੀ ਡਾਕਟਰ ਕੋ ਜਾਈਏ, ਅੱਧੀ ਬਿਮਾਰੀ ਆਪ ਦੱਸਦੀ ਸੀ ਕਿ ਡਾਕਟਰ ਸੁਬਹ ਮੈਨੇ ਪਰਾਠਾ ਖਾਇਆ, ਚਲਨ ਹੋ ਰਹੀ ਹੈ, ਇਹ ਦੇਖੇ ਆਂਖੇ ਵੀ ਜ਼ਰਦ ਹੋ ਰਹੀ, ਕਹੀਂ ਮੁੰਜੇ ਸ਼ਰਕਾਂਤ ਨਹੀਂ ਹੋ ਗਿਆ? ਡਾਕਟਰ ਸਮਝ ਕੇ ਦਵਾਈ ਦੇ ਦਿੰਦਾ, ਤੇ ਪੇਂਡੂਆਂ ਨੂੰ ਬਿਮਾਰੀ ਨਹੀਂ ਦੱਸਣੀ ਆਉਂਦੀ। ਕੀ ਮਤਲਬ? ਡਾਕਦਾਰਾ ਇੱਧਰ ਛੜੱਪੇ ਵੱਜਣ ਡਏ, ਉਹ ਡਾਕਟਰ ਕਿਤਾਬਾਂ ਫੋਲ ਫੋਲ ਮਰ ਜਾਂਦਾ, ਛੜੱਪੇ ਕਿਹੜੀ ਬਿਮਾਰੀ। ਅਖੀਰ ਡਾਕਟਰ ਕਿਤਾਬ ਬੰਦ ਕਰਕੇ ਆਪ ਛੜੱਪੇ ਮਾਰਨ ਲੱਗ ਪੈਂਦਾ। ਪੇਂਡੂ ਕਾਰੋਬਾਰ ਵੀ ਨਹੀਂ ਕਿਸੇ ਨੂੰ ਕਰਨ ਦਿੰਦੇ। ਪੇਂਡੂ ਕੀ ਮਤਲਬ? ਵੀ ਆਪਣਾ ਹਿਸਾਬ ਵੇਖੋ, ਕਿਸੇ ਨੇ ਬਾਬੇ ਨੇ ਪੇਂਡੂ ਨੂੰ ਕਿਹਾ ਤੇਰੇ ਤੇ ਸਖਤੀ ਹੈ, ਤੂੰ ਨਾ ਸੋਚ ਸਦਕਾ ਦੇ, ਬਾਹਰ ਪਾਈ ਚਿੜੀਆਂ ਛੱਡਣ ਲਿਆ ਸੀ, ਉਹਨੂੰ ਆ ਕੇ ਕਹਿੰਦਾ ਭਾਈ 12 ਚਿੜੀਆਂ ਮੇਰੇ ਨਾਂ ਦੀਆਂ ਛੱਡ ਦੇ। ਉਹਨੇ 12 ਚਿੜੀਆਂ ਛੱਡੀਆਂ, ਜੇਬ 'ਚੋਂ 10 ਦੇ ਪੈਸੇ ਨਿਕਲੇ। ਫੇਰ ਕੀ? ਪੇਂਡੂ ਨੇ ਸਾਰੀ ਰਾਤ ਖਲੋ ਕੇ 2 ਚਿੜੀਆਂ ਫੜ ਕੇ ਵਾਪਸ ਕੀਤੀਆਂ। ਪਹਿਲਾਂ ਜੇਬ ਤੇ ਵੇਖ ਲੈ ਆਪਣੀ, ਪੇਂਡੂ ਲੈ ਕੇ ਬਹਿ ਗਈ ਹੈ। ਪੇਂਡੂ ਮੈਂ ਕਾਰੋਬਾਰ ਕੀਤਾ, ਮੈਂ ਕਿਹਾ ਚਲੋ ਪਿੰਡ 'ਚ ਕੋਈ ਬਰਕਤ ਪੈ ਗਈ, ਮੈਂ ਇੱਕ ਕੈਮਰਾ ਖਰੀਦਿਆ, ਸਾਈਕਲ ਕਿਰਾਏ 'ਤੇ ਲਿਆ, ਮਹੱਲੇ 'ਚ ਤਸਵੀਰ ਖਿੱਚਣ ਹੀ ਵੜਿਆ। ਇੱਕ ਪੇਂਡੂ ਮਿਲਿਆ ਕਹਿੰਦਾ ਭਾ ਤੇਰੇ ਕੋਲੋਂ 2 ਤਸਵੀਰਾਂ ਖਿਚਾਉਣੀਆਂ ਹੀ। ਮੈਂ ਕਿਹਾ 2 ਤਸਵੀਰਾਂ ਦਾ ਗਾਹਕ ਆਇਆ ਵਾ। ਕਹਿੰਦਾ ਇੱਕ ਵਾਰੀ ਤੇਰੇ ਸਾਈਕਲ 'ਤੇ ਬਹਿ ਕੇ ਇੱਧਰੋਂ ਆਵਾਂਗਾ ਖਿੱਚ ਲਈ, ਇੱਕ ਵਾਰੀ ਇੱਧਰੋਂ ਆਵਾਂਗਾ ਖਿੱਚ ਲਈ। ਉਹ ਸਾਈਕਲ 'ਤੇ ਬਹਿ ਕੇ ਇੱਧਰੋਂ ਆਇਆ, ਮੈਂ ਫੋਟੋ ਖਿੱਚੀ, ਇੱਧਰ ਗਿਆ, ਮੁੜ ਕੇ ਆਇਆ ਹੀ ਨਹੀਂ। ਮੈਂ ਸਾਰੀ ਦਿਹਾੜੀ ਕੈਮਰਾ ਲੈ ਕੇ ਖਲੋਤਾ ਰਿਹਾ ਗਾਹਕ ਹੋ ਗਿਆ, ਪਿੱਛੋਂ ਰੇੜਾ ਵੱਜਾ ਤੇ ਮੈਨੂੰ ਸੁਰਤ ਆਈ ਵੀ ਨਿਕਲ ਗਿਆ। ਪਿੰਡ ਦੀਆਂ ਮਾਈਆਂ ਚੰਗੇ ਭਲੇ ਵਿਆਹ ਜਾ ਵੀ ਲੜਾਈ ਪਾ ਦਿੰਦੀਆਂ। ਉਹ ਕਿਉਂ ਜੀ? ਮੇਰੇ ਪੁੱਛਣ ਤੋਂ ਬਗੈਰ ਚੌਲ ਖੋਲੇ ਵੰਡ ਕੇ ਫਿਰੋ ਆ ਪਈਆ। ਸਾਡੇ ਰਿਸ਼ਤੇ ਤੇ ਮੁੱਕ ਗਏ ਮਰਨ ਵਾਲੇ ਦੇ ਨਾਲ, ਅਸੀਂ ਤਾਂ ਵੀ ਢੀਠ ਵਾਂਗੂ ਆ ਕੇ ਬਹਿ ਗਏ ਨਹੀਂ ਆ ਜੇ। ਉਹ ਮੁੰਡਾ ਕਹਿੰਦਾ ਮਾਸੀ ਨਾਰਾਜ਼ ਨਾ ਹੋ, ਬੰਦੇ ਦਰੀ ਤੇ ਬੈਠਾ, ਪਰਾਤ 'ਚ ਚੌਲ ਪਾਏ, ਚੌਲ ਵੰਡ ਦੇ, ਪਰਾਤ ਫੜੀ ਲਿਆ ਉਹ ਵੰਡ ਦਿੰਦੀ ਆ। ਉਹ ਮੁੰਡਾ ਕਹਿੰਦਾ ਮਾਸੀ ਪਿੱਛੇ ਵੇਖ, ਪਿੱਛੇ ਬਹੁਤ ਕੁਛ ਆ, ਖਾਓ ਤੁਸੀਂ। ਪੇਂਡੂਆਂ ਨੂੰ ਕਿਹੜੀ ਅਕਲ? ਮੈਂ ਤੈਨੂੰ ਦੱਸਾਂ, ਇੱਕ ਮਾਸੀ ਵਿਚਾਰੀ ਮੇਰੀ ਪੇਂਡੂ, ਉਹਨੇ ਆਪਣੇ ਪੁੱਤਰ ਦੀ ਮੰਗਣੀ ਕੀਤੀ, ਜਿਹੜੇ ਘਰ ਮੰਗਣੀ ਕੀਤੀ ਉਹਨੂੰ ਕੱਲੀ ਨੂੰ ਘਰ ਦਾ ਪਤਾ ਸੀ। 6 ਮਹੀਨੇ ਪਹਿਲਾਂ ਮੰਗਣੀ ਕੀਤੀ, ਬਰਾਤ ਲੈ ਕੇ ਗਈ ਤੇ ਘਰ ਹੀ ਭੁੱਲ ਗਈ। 2 ਪੇਂਡੂ ਰਹੀ ਜੰਜ ਲਾ ਲਈ, ਸਾਰੀ ਜੰਜ ਟੁੱਲ ਟੁੱਲ ਕੇ ਮਰਨ ਵਾਲੀ ਹੋ ਗਈ। ਮਾਸੀ ਕਿੱਥੇ ਲਈ ਜਾਂਦੀ ਹੈ? ਉਹ ਪੁੱਤ ਨਾਲ ਹੀ ਹੈ, ਨਾਲ ਹੀ ਹੈ, ਵਾਜੇ ਵਾਲੇ ਵਾਜਾ ਵਜਾ ਵਜਾ ਥੱਕ ਗਏ। ਉਹ ਵਿਚਾਰੇ ਵਜਾਉਣ ਦੀ ਵਜਾ ਗਾਲਾਂ ਕੱਢਣ ਲੱਗ ਪਏ, ਦੇ ਸਾਂਦਾ ਰਾਜਾ ਬਗੈਰ ਤੋਂ ਅੱਗੋਂ ਕਿੱਧਰ ਨੂੰ। ਉਹ ਵਾਜੇ ਵਾਲੇ ਇੰਨਾ ਟੁਰੇ ਥੱਕ ਕੇ ਵਿਚਾਰੇ ਆਪਣੇ ਪੈਸੇ ਸਾਨੂੰ ਦੇਣ ਲੱਗ ਪਏ। ਅਖੀਰ ਉਹ ਕਹਿੰਦਾ ਭਾਈ ਅਸੀਂ ਟਾਹਲੀ ਥੱਲੇ ਸੁੱਤੇ, ਸਾਨੂੰ ਆਉਂਦੀ ਵਾਰੀ ਉਠਾ ਲੈਣਾ। ਮਾਈ ਨੂੰ ਮੈਂ ਪੁੱਛਿਆ, ਮੈਂ ਕਿਹਾ ਮਾਸੀ ਘਰ ਦੀ ਕੋਈ ਨਿਸ਼ਾਨੀ ਨਹੀਂ ਯਾਦ? ਕਹਿੰਦੀ ਪੁੱਤਰ ਜਦੋਂ ਮੈਂ ਆਈ ਸਾਂ ਇਹਨਾਂ ਦੀ ਛੱਤ ਤੇ ਕਬੂਤਰ ਬੈਠਾ ਸੀ। ਮੈਂ ਕਿਹਾ ਬੱਲੇ ਮਾਈਏ, ਕਬੂਤਰ ਅੱਜ ਵੀ ਤੈਨੂੰ ਉਡੀਕਣ ਡਿਆ ਆਵੇ ਤੇ। ਉਹ ਤਾਂ ਕਿਹੜਾ, ਉਹ ਜਿਹਦੇ ਵਿਆਹਣ ਜਾਣਾ ਸੀ ਉਹ ਵੀ ਪੇਂਡੂ ਸੁੱਤੇ ਪਏ। ਉਹ ਕੁੰਡੀ ਖੜਕਾ ਕੇ ਉਹਨੂੰ ਕਿਹਾ ਉੱਠੋ ਭਾਈ, ਤੁਹਾਡੀ ਬੱਚੀ ਦਾ ਵਿਆਹ, ਅਸੀਂ ਜੰਜ ਲੈ ਕੇ ਆਏ।
ਉਹਨਾਂ ਨੇ ਨਾਈ ਲੱਭਿਆ ਪਿੰਡ ਦਾ ਨਾਈ, ਇੱਕੋ ਹੀ ਦੇਗ ਸਾਲ ਬਾਅਦ ਪਕਾਉਣੀ, ਉਹ ਵੀ ਚੰਗੀ ਖਬਰ ਨਹੀਂ। ਔਰ ਰਾਜਾ ਕੀ ਬਣਿਆ ਦੇਗ ਦਾ? ਅੱਜ ਖਰਾਬ ਹੋ ਗਈ ਜੀ, ਪਾਣੀ ਬਹੁਤਾ ਪੈ ਗਿਆ, ਚੌਲ ਬਹਿ ਗਏ, ਚੌਲ ਇੱਧਰ ਬਹਿ ਗਏ, ਮੈਂ ਫਿਰ ਉੱਧਰ ਬਹਿ ਗਿਆ। ਚੌਧਰੀ ਮਾਂ ਭੈਣ ਇੱਕ ਕਰਦਾ ਪੇਂਡੂ ਅੱਗੋਂ, ਆਹੋ ਚੌਰੀ ਤੂੰ ਨੀ ਮੱਤ ਦੇਣੀ ਤੇ ਹੋਰ ਕਿਹਨੇ ਦੇਣੀ। ਇਹ ਹਾਲ ਹੋਣ ਡਿਆ ਨੇ ਪੇਂਡੂਆਂ ਦੇ।
ਸ਼ੇਵ ਕਰਾਣ ਗਿਆ ਨਾ ਉਸ ਤਰ੍ਹਾਂ ਰੱਖ ਕੇ ਫੇਰ ਚੁੱਕ ਲਏ ਫੇਰ ਰੱਖ ਕੇ ਫੇਰ ਚੁੱਕ ਲਏ ਮੈਂ ਕੀ ਹੋਇਆ ਕਹਿੰਦਾ ਜੀ ਉਸ ਤਰ੍ਹਾਂ ਦਾ ਹਾਸਾ ਨਿਕਲਣ ਦੇ ਆ ਇਹਨਾਂ ਨੂੰ ਤੇ ਨਾ ਹੀ ਕਹਿੰਦਾ ਭਾਈ ਸਾਹਿਬ ਬੈਠੋ ਮੁੰਡਾ ਕਈ ਲੈ ਕੇ ਗਿਆ ਆਉਂਦਾ ਤੇ ਤੁਹਾਡੇ ਮੋਢੇ ਤੇ ਪੈਰ ਰੱਖ ਕੇ ਟੱਪਾ ਮਾਰ ਗਿਆ ਇਹ ਸ਼ੇਵ ਕਰਾਣ ਗਿਆ ਨਾ ਹੀ ਕਹਿੰਦਾ ਅਗਲੇ ਮਹੀਨੇ ਆਣਾ ਭਾਈ ਜੀ ਹਲੇ ਬਲੇਡ ਨੇ ਬਚਾ ਨਹੀਂ ਦਿੱਤਾ ਇਹਦੀ ਸ਼ੇਵ ਨਾ ਹੀ ਇੰਜ ਕਰਦਾ ਜਿਵੇਂ ਥੱਲੇ ਵੜ ਕੇ ਗੱਡੀ ਨਹੀਂ ਧੋਈ ਕਿਹੜੇ ਚੌਧਰੀ
ਉਹ ਆਪਣੀ ਚੌਧਰੀ ਸਾਹਿਬ ਆ ਤੂੰ ਫੇਰ ਦਿਨ ਦਿਹਾੜੇ ਇੱਥੇ ਆਇਆ ਮੈਂ ਉਹ ਰਾਤੀ ਵੀ ਆਵਾਂ ਕਰਾਂਗਾ ਚੌਧਰੀ ਸਾਹਿਬ ਚੌਧਰੀ ਕੂਮਾ ਸਾਹਿਬ ਜਦ ਤੱਕ ਇੱਥੇ ਨੇ ਤੂੰ ਇੱਥੇ ਨਹੀਂ ਵੜ ਸਕਦਾ ਉਹਨੂੰ ਹੀ ਤੇ ਮੈਂ ਕੱਢਣ ਆਇਆ ਵਾਂ ਚੌਧਰੀ ਕੂਮਾ ਮੈਨੂੰ ਪਤਾ ਲੱਗਾ ਕਿ ਨਾਇਲਾ ਦਾ ਵਿਆਹ ਉਹਦੇ ਨਾਲ ਕਰਨ ਡਏ ਹੋ ਅਸੀਂ ਨਾਇਲਾ ਦੇ ਪਾਪ ਆ ਮੈਂ ਭਾਵੇਂ ਉਹਦਾ ਪੁੱਤਰ ਆ ਭਰਾ ਵਾਂ ਮੈਂ ਨਾਇਲਾ ਦਾ ਵਿਆਹ ਚੌਧਰੀ ਕੂਮੇ ਨਾਲ ਨਹੀਂ ਹੋਣ ਦੇਵਾਂਗਾ ਓ ਕੂਮਿਓ ਅੱਜ ਕੋਈ ਆਉਣਾ ਨਹੀਂ ਚਾਹੀਦਾ ਸਵਾਰੀ ਕੇ ਲਈ ਇਸਤੇਮਾਲ ਕਰੋ ਲੋਕੋ ਕੋ ਕੁਚਲਨੇ ਕੇ ਲਈ ਨਹੀਂ ਇੱਕ ਬਾਰਾ ਸੇ ਜਿਹੜਾ ਡੱਡੂ ਟਾਟਰ ਕਰਨ ਦਾ ਹੈ ਨਾ ਮੈਂ ਉਮਰ ਮੈਂ ਤੁਮਸੇ ਬੜਾ ਹੂੰ ਔਰ ਭਾਈ ਹੂੰ ਤੁਮਹਾਰਾ ਮੈਨੂੰ ਕੁਛ ਦੇ ਕੇ ਕੱਢ ਇੱਥੋ ਮੈਂ ਯਹਾਂ ਭੀਖ ਮੰਗਣੇ ਕੇ ਲਈ ਨਹੀਂ ਆਇਆ ਹਰ ਬੇਕਾਰੀ ਇਹੋ ਕਹਿੰਦਾ ਮੈਂ ਤੁਹਾਡੇ ਤਰਫ ਸੇ ਕਭੀ ਸਵਾਲ ਹੀ ਨਹੀਂ ਹੁਆ ਮੈਨੇ ਬੇਟੇ ਵਸੀਮ ਕੋ ਤੁਮੇ ਸਲਾਮ ਕਰਨੇ ਕੇ ਲਈ ਭੇਜਾ ਥਾ ਇਸ ਲਈ ਕਿ ਵੋ ਕਾਮਯਾਬ ਹੁਆ ਹੈ ਵੋ ਵੀ ਨਾਕਾਮ ਹੋਇਆ ਤੇਰੇ ਵਰਗੇ ਕਈ ਕੰਗਲੇ ਸ਼ਾਦੀ ਦੇ ਨਾਂ ਤੇ ਟੁਰੀ ਆਉਂਦਾ ਹੈ ਇਹ ਤੁਮ ਬਾਰ ਬਾਰ ਸ਼ਾਦੀ ਦਾ ਜ਼ਿਕਰ ਕਰਕੇ ਮੈਨੂੰ ਚਿੜਾ ਰਹੇ ਹੋ ਮਤਲਬ ਹੀ ਕਰਦਾਂ ਰਹੇ ਹੋ ਮੈਂ ਆਪਣੇ ਬੇਟੇ ਕੋ ਇੱਕ ਐਸੇ ਸ਼ਖਸ ਦਾ ਦਮਾਦ ਹਰ ਕਿਸ ਨਹੀਂ ਬਣਾਉਂਦਾ ਜੋ ਖੁਦ ਮੁਰਦਾ ਰਿਵਾਇਤ ਕਾ ਅਮੀਨ ਹੋ ਮੈਨੇ ਉਸਕੇ ਇਰਦ ਗਿਰਦ ਇਲਮ ਕਾ ਐਸਾ ਆਲਾਓ ਜਲਾ ਹੈ ਕਿ ਤੁਮ ਜੈਸੇ ਪਰਵਾਨੇ ਉਸ ਤੱਕ ਪਹੁੰਚਣੇ ਸੇ ਪਹਿਲੇ ਹੀ ਖਤਮ ਹੋ ਜਾਏਂਗੇ ਉਸੇ ਫਕੀਰੀ ਨੇ ਸ਼ਹਿਨਸ਼ਾਹੀ ਕਾ ਗੁਰ ਆ ਗਿਆ ਹੈ ਹਾਂ ਸਲਾਮ ਕਰਨ ਦਾ ਅੱਡਾ ਸ਼ੌਕ ਹੁੰਦਾ ਤੇ ਅਸੀਂ ਜੁਮੇ ਜਦ ਮੈਂ ਖੁੱਲੀ ਕਚਹਿਰੀ ਲੈਣੇ ਆ ਜਾਇਆ ਕਰ ਖੁੱਲੀ ਕਚਹਿਰੀ ਨਾ ਲਾਓ ਤੁਹਾਨੂੰ ਵੀ ਜੱਦੇ ਭੇਜ ਦੇਣਗੇ ਕਦੀ ਤੇ ਸੋਚ ਕੇ ਗੱਲ ਕਰਿਆ ਕਰੋ ਮੈਂ ਕਹਿੰਦਾ ਸਭ ਤੇਰੀ ਸਾਜ਼ਿਸ਼ ਹੈ ਅਸੀਂ ਤੈਨੂੰ ਪਨਾਹ ਦਿੱਤੀ ਤੂੰ ਮੌਤ ਦੇ ਖੂਹ 'ਚ ਮੋਟਰਸਾਈਕਲ ਦੇ ਪਿੱਛੇ ਬਹਿ ਕੇ ਰੁਪਈਆ ਰੁਪਈਆ ਫੜਨੀ ਹੁੰਦੀ ਸੈਂ ਇੱਥੋਂ ਚਲੀ ਜਾ ਨਹੀਂ ਤਾਂ ਮੈਂ ਤੈਨੂੰ ਤਿੰਨ ਦਫ਼ਾ ਕਵਾਂਗਾ ਇਹ ਤੇਰੀ ਮਾਂ ਨਹੀਂ ਤੇਰੀ ਮਾਂ ਮਰ ਚੁੱਕੀ ਹੈ ਹਮੇ ਮਾਲੂਮ ਹੈ ਹਮਾਰੀ ਮਾਂ ਇਸ ਦੁਨੀਆ ਮੇਂ ਨਹੀਂ ਹੈ ਮਗਰ ਇਨਮੇ ਹਮੇ ਆਪਣੀ ਮਾਂ ਦਿਖਾਈ ਦੇਤੀ ਹੈ ਅਸੀਂ ਤੇਰੇ ਬਾਪ ਆ ਤੇ ਮੈਂ ਆਪਕੀ ਬੇਟੀ ਹੂੰ ਜੰਗਲ ਸੇ ਪਕੜੀ ਹੋਈ ਕੋਈ ਮੇਰਾ ਨਹੀਂ ਜਿਸੇ ਚਾਹੇ ਥਮਾ ਦੇ ਚੌਧਰੀ ਬਣਕਰ ਨਹੀਂ ਬਾਪ ਬਣਕਰ ਸੋਚੇ ਬਾਪ ਬਣਕਰ ਸੋਚੇ ਬੇਟੀਆ ਬੋਲ ਪੜੇ ਤੋ ਆਸਮਾਨ ਵੀ ਸੋਚਨੇ ਔਰ ਸੁਨਨੇ ਪਰ ਮਜਬੂਰ ਹੋ ਜਾਤਾ ਹੈ ਤੇਰਾ ਵਿਆਹ ਚੌਧਰੀ ਕੂਮੇ ਨਾਲ ਹੋਗਾ ਬਸ ਹਰ ਕਿਸ ਨਹੀਂ ਕਿਸੇ ਚੌਧਰੀ ਦਾ ਸਾਥ ਨਹੀਂ ਹੋਗਾ ਕਿਸੇ ਫਕੀਰ ਸੇ ਕਰ ਦੀਜੀਏ ਅੱਲਾ ਕੇ ਨਾਮ ਪੇ ਦੇ ਦੇ ਬਾਬਾ ਆ ਮੈਂ ਮਰ ਗਿਆ ਅੱਬ ਤੈਨੂੰ ਮੈਂ ਦੱਸ ਦਿਨਾ ਤੂੰ ਮਰ ਗਿਆ ਓ ਮੇਰੇ ਨੇੜੇ ਕੋਈ ਨਾ ਆਏ ਮੇਰੀ ਅੱਖਾਂ 'ਚ ਖੂਨ ਉਤਰਿਆ ਜੀ ਇਸ ਚੌਧਰੀ ਮਾਫੀ ਚਾਹਨਾ ਮੈਂ ਚੌਧਰੀ ਸਾਹਿਬ ਮੇਰੇ ਕੋਲੋਂ ਤੁਹਾਡਾ ਜਵਾਈ ਛਿਲਿਆ ਗਿਆ ਹੈ ਓਏ ਸਹੀ ਦੱਸੋ ਕੀ ਕੰਮ ਕਰਨਾ ਤੂੰ ਇਹ ਜਨਾਬ ਮੈਂ ਚੌਧਰੀ ਨਹੀਂ ਕੌਣ ਹੈ ਮੈਂ ਤੇ ਮੰਡੀ 'ਚ ਗੰਡੇ ਵੇਚਣਾ ਇਹ ਤਾਂ ਬਾਪ ਚੌਧਰੀ ਸੀ ਤੂੰ ਗੰਡੇ ਵੇਚਦਾ ਹੈ ਹਾਂ ਤੇ ਪਿਓ ਤੇਰਾ ਕੀ ਕਰਦਾ ਸੀ ਮੈਂ ਸਾਦੇ ਵੇਚਣਾ ਸਾਂ ਉਹ ਭੂਕਾਂ ਵਾਲੇ ਵੇਚਦਾ ਸੀ